ਹਾਂਜੀ ਇਧਰ ਇਜਾਜ਼ਤ ਹੈ ਜੀ। ਸੰਗਿਆ ਪ੍ਰਤਾਪ ਸਿੰਘ ਸਿੰਘ ਚੀਲਾ ਅੰਤਰਰਾਸ਼ਟਰੀ ਸੁਰ ਸਿੰਘ ਪਿੰਡ ਦੇ ਮਹਾਂਪੁਰਸ਼ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਉਹਨਾਂ ਦੀ ਅਪਾਰ ਕਿਰਪਾ ਹੈ, ਮੇਰੀ ਪੀਰੀ ਦੇ ਮਾਲਕ ਉਹਨਾਂ ਦੀ ਕਿਰਪਾ ਹੈ। ਸੱਚਖੰਡ ਵਾਸੀ ਮਹਾਨ ਤਪਸਵੀ ਸੇਵਾ ਸ੍ਰੀ ਮਾਨ ਸੰਤ ਮਹਾਂਪੁਰਸ਼ ਪਹਿਲੀ ਰੇਡ, ਪਹਿਲੀ ਰੇਡ ਜਦੋਂ ਪਈ ਤੇ ਆਪਾਂ ਜ਼ੋਰ ਦੇ ਨਹੀਂ ਤਾੜੀਆਂ ਮਾਰਨੇ ਆ। ਆਹ ਮੁੰਡੇ ਦੇ ਬਾਰੇ ਸਿੰਘਪੁਰੀਆ ਰਾਣਾ ਲਿਖਦਾ ਕਿ ਲੰਮੀਆਂ ਲੰਮੀਆਂ ਲਾਂਘਾਂ ਭਰਦਾ, ਲਾਂਘਾਂ ਤੇ ਸਿੰਘਪੁਰੀਆ ਮਰਦਾ, ਜਿੰਨੀਆਂ ਵੀ ਇਹ ਪਾਉਂਦਾ ਰੇਡਾਂ ਪਾਉਂਦਾ ਬੜੇ ਕਮਾਲ ਦੀਆਂ। ਵਿੱਚ ਕਨੇਡਾ ਗੱਲਾਂ ਹੋਈਆਂ ਸੋਲਾਂ ਦੇ ਗਰਲਾਲ ਦੀਆਂ, ਸੋਲਾਂ ਦੇ ਗਰਲਾਲ ਦੀਆਂ ਗੱਲਾਂ ਕਹਿੰਦੇ ਕਨੇਡਾ ਦੇ ਚ ਹੋਈਆਂ। ਇੱਕ ਨੀ ਤੇ ਸਦਮਾ ਵਾਲਾ ਗੋਲਾ, ਦੋ ਨੰਬਰ ਦੇ ਬਲਕਾਰੇ ਬਣਦਾ ਚੇਲਾ ਕਹਿੰਦੇ ਅਲਗੋਂ ਵਾਲਾ ਜੱਗਾ। ਆਕਾਸ਼ ਸੁਰ ਸਿੰਘ ਨੇ ਟਰਾਈ ਕੀਤੀ ਹੈ, ਪੁਆਇੰਟ ਕਹਿੰਦੇ ਢਾਵੀ ਦੇ ਸੇ ਜੁੜ ਗਿਆ। ਉਹ ਕੌਣ ਆ ਗਿਆ? ਅੰਬਾ ਆ ਗਿਆ, ਅੰਬਾ ਆ ਗਿਆ। ਚਾਰ ਤਿਆਰ ਹੈ, ਆਸਟ੍ਰੇਲੀਆ ਦੀ ਧਰਤੀ ਤੇ ਖੇਡਿਆ ਤੇ ਮੁੰਡੇ ਨੇ ਕਹਿੰਦੇ ਬਹਿ ਜਾ ਕਰਾਈਏ। ਜਦੋਂ ਬਹਿਰੀਨ ਗਿਆ ਤੇ ਗੁਰਜੀਤ ਤੇ ਗੁਰਪੇਜ ਉਹਨਾਂ ਨੇ ਵੱਡਾ ਮਾਣ ਕੀਤਾ। ਲਓ ਰਵੀ ਸ਼ੇਰ ਦਾ ਸਪੁੱਤਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸੁਰ ਸਿੰਘ ਹੈ, ਕਹਿੰਦੇ ਅੰਮ੍ਰਿਤਪਾਲ ਸਿੰਘ ਅੰਬਾ ਐਨ ਤਿਆਰ ਬਰ ਤਿਆਰ ਖੜਾ ਹੈ। ਸਾਹਮਣੇ ਚਾਰ ਸਟਾਰ ਖੜੇ ਹੈ, ਹਕਮ ਵਾਲੀ ਆ ਜੱਗੂ ਤਿਆਰ ਹੈ, ਲੱਦੂ ਵਾਲੇ ਪ੍ਰੀਤ ਦਾ ਬੀਜਾ ਕਹਿੰਦੇ ਕਨੇਡਾ ਦਾ ਹੁਣੇ ਹੁਣੇ ਲੱਗਾ ਹੈ, ਤੇ ਫਰੰਦੀ ਪ੍ਰੀਤ ਨੇ ਰੂਪੀ ਕੌਣ ਮਿਲਣੀ ਹੈ, ਤੇ ਰੇਡਰ ਨੂੰ ਕਹਿੰਦੇ ਔਰ ਰੇਂਜ ਰੋਵਰ ਮਿਲਣੀ ਹੈ, ਤੇ ਨਾਲ ਕਹਿੰਦੇ ਢੰਡਾਂ ਵਾਲਾ ਰਾਣਾ। ਪਰ ਪੁਆਇੰਟ ਇਸ ਵੇਲੇ ਕਹਿੰਦੇ ਧਾਵੀ ਦੇ ਸੇ ਜੁੜਦਾ ਹੈ। ਲਓ ਅਗਲੀ ਰੇਡ, ਟੋਗਰੀ ਵਾਲਾ ਪੰਡਤ ਆ ਗਿਆ, ਛੋਟਿਆ ਵੀਰਾ ਚੱਕ ਮੈਗੋ। ਲਓ ਸਾਹਮਣੇ ਇਸ ਵਿੱਚ ਪੰਡਿਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਇਹ ਮਾਝੇ ਦਾ ਮਜੈਲ ਜ਼ਿਲ੍ਹੇ ਗੁਰਦਾਸਪੁਰ ਦੀ ਧਰਤੀ ਦਾ, ਇਸ ਵੇਲੇ ਕਬੱਡੀ ਕਬੱਡੀ ਘਰ ਦਾ ਅੱਗੇ ਨੂੰ ਵਧਿਆ ਹੋਇਆ, ਹਲਕਾ ਟੱਚ ਕੀਤਾ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਜੁੜ ਗਿਆ। ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ, ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ। ਉਹ ਦਵਰਜੀ ਵਾਲਾ ਆ ਗਿਆ, ਦਵਰਜੀ ਵਾਲਾ ਆ ਗਿਆ ਤੇ ਦਵਰਜੀ ਵਾਲਾ ਛਾ ਗਿਆ। ਹੁਣ ਦੇਖਾਂਗੇ, ਸਟਾਪ ਲਾਈਨ ਵੀ ਚੋਟੀ ਦੀ ਹੈ। ਪਰੰਦੀ ਪ੍ਰੀਏ ਗੋਪੀ ਨੂੰ ਬੱਚਾ ਬੱਚਾ ਪਿਆਰ ਕਰਦਾ ਹੈ। ਲੱਦੂ ਵਾਲਾ ਪ੍ਰੀਤ ਕੈਨੇਡਾ ਖੇਡ ਆਇਆ ਤੇ ਥੋੜੇ ਦਿਨਾਂ ਤੱਕ ਫਿਰ ਕੈਨੇਡਾ ਪਹੁੰਚ ਜਾਣਾ ਹੈ। ਦਿਲਬਾਗ ਸਿੰਘ ਜੀ ਘਿਰਾਲਾ ਸਾਹਿਬ ਫੈਸਲਾ ਕਰ ਗਏ ਹੈ, ਨੰਬਰ ਜਿਹੜਾ ਇਸ ਵੇਲੇ ਰੇਡਰ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਹੈ। ਅੰਪਾਇਰ ਡਿਸੀਜਨ ਪੁਆਇੰਟ ਇਸ ਵੇਲੇ ਧਾਵੀ ਦੇ ਖਾਤੇ ਜੁੜਿਆ ਹੈ। ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਸਿੰਘ ਸਾਹਿਬ ਜਥੇਦਾਰ ਸ਼੍ਰੀ ਮਾਨ ਸੰਤ ਮਹਾਂਪੁਰਸ਼ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ, ਮੌਜੂਦਾ ਮੁਖੀ ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀਆਂ ਦੇ 12ਵੇਂ ਜਾਣਸ਼ੀਨ, ਬਹੁਤ ਵੱਡੇ ਪਿਆਰ ਆਸ਼ੀਰਵਾਦ ਆਪਣੇ ਪੁੱਤਰ ਦੇ ਬੋਲਾਂ ਤੋਂ ਖੁਸ਼ ਹੋ ਕੇ ਪੁੱਜਦਾ ਕੀਤੇ ਹੈ। ਲਾ ਪੈਂਦੀ ਹੋਈ ਰੇਡ ਇਸ ਵੇਲੇ ਜੱਗੇ ਦੀ, ਉਹ ਜੱਗੇ ਦੀ ਟੱਕਰ ਜੱਗੇ ਦੇ ਨਾਲ, ਉਹ ਬੱਲੇ 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 ਬੱਲੇ, ਸੁਰ ਸਿੰਘ ਦੀ ਧਰਤੀ ਹੈ, ਉਹ ਸੱਪ ਨਾਲ ਸੱਪ ਲੜੇ ਤੇ ਜੈਰ ਕਿਨੂੰ ਚੜੇ, ਸੱਪ ਨੂੰ ਸੱਪ ਲੜੇ ਤੇ ਯਾਰ ਕਿਨੂੰ ਜੜੇ। ਲਓ ਮਨ ਸਿੰਘ ਦੁਲਟ ਕਹਿੰਦੇ ਦੁਨੀਆ ਦਾ ਮਹਾਨ ਧਾਵੀ ਇਸ ਸਮੇਂ ਰੇਡ ਪਾ ਰਿਹਾ, ਹਕਮ ਵਾਲੀਆ ਜੱਗੂ ਤਿਆਰ ਹੈ, ਉਹ ਟੱਕਰ ਕਹਿੰਦੇ ਹਕਮ ਵਾਲੀਏ ਜੱਗੂ ਦੇ ਨਾਲ ਹੈ, ਪਰ ਮਨ ਸਿੰਘ ਦੁਲਟ ਨੂੰ ਰੋਕਣਾ ਬਾਹਲਾ ਔਖਾ ਹੈ। ਆਓ ਮਨ ਸਿੰਘ ਦੁਲਟ ਪਰ ਜੱਗੂ, ਵਾਹ ਨੌਜਵਾਨਾਂ ਹਣੀ ਪੜ ਦੱਸਿਆ ਅਲਗੋਂ ਵਾਲਿਆ ਤੇਰੇ ਤਿੰਨ ਜਫੇ ਮਿੰਟੂ ਨੰਬਰਦਾਰ ਰਾਣੀ ਵਾਲਾ ਕਨੇਡਾ ਵਾਲਾ ਕਹਿੰਦਾ ਸ਼ੀਰਾ ਬਰਾੜ ਕਹਿੰਦਾ ਮੇਰੇ ਲੋਕ 500 ਦੇ ਕਰਦੇ, ਅਲਗੋਂ ਵਾਲਿਆ ਤੇਰੇ ਤਿੰਨ ਜਫੇ 500 ਦੇ ਹੈ, ਪਰ ਬੱਲੋ ਵਾਲੀਆ ਹਣੀ ਪਿੰਡ ਤੋਂ ਉਹ ਪੰਡਤਾਂ ਦਾ ਮੁੰਡਾ ਸਮੇਂ ਖੇਡ ਮੈਦਾਨ 'ਚ ਤਿਆਰ ਪਰ ਤਿਆਰ ਖੜਾ, ਸਦਮਾ ਵਾਲਾ ਗੋਲਾ, ਪਰ ਪੁਆਇੰਟ ਧਾਵੀ ਦੇ ਸੇ ਜੁੜ ਗਿਆ। ਛੋਟਾ ਵੀਰਾ ਮੀਰਾ ਕੋਟੀਆ
ਨਾ ਸ਼ਮਸ਼ੇਰ ਸਿੰਘ ਆਖੀਏ ਬੜੇ ਘੱਟ ਲੋਕ ਜਾਣਦੇ ਹੈ, ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਹਿਤਾਬ ਸਿੰਘੀਆਂ ਦਾ ਪਿੰਡ ਹੋ, ਇਸ ਵੇਲੇ ਕਬੱਡੀ ਪਾਉਣ ਦੇ ਲਈ ਸ਼ੇਰਾ ਵਧਿਆ ਹੋਇਆ। ਮੀਰਾ ਕੋਟ ਪਿੰਡ ਹੈ ਕਿ ਸਿਰ ਵੱਢਣਾ ਮੱਸੇ ਦਾ ਸ਼ਮਸ਼ੇਰ ਤੇ ਗੱਭਰੂ ਉਹੀ ਕਹਿੰਦੇ, ਹਕਮ ਵਾਲੀਆ ਜੱਗੂ ਟਰਾਈ ਕਰਦਾ ਪਰ ਪੈਂਡਾ ਸਮੇਂ ਕਹਿੰਦੇ ਢਾਵੀ ਰੇਸੇ ਜੁੜਦਾ ਆ। ਅਗਲੀ ਰੇਡ ਉਹ 16 ਵਾਲਾ ਫੇਰ ਆ ਗਿਆ, 16 ਵਾਲਾ ਫੇਰ ਆ ਗਿਆ। ਗੁਰਲਾਲ ਇਸ ਵੇਲੇ ਖੇਡਿਆ ਕੈਨੇਡਾ ਦੇ ਮੈਦਾਨਾਂ ਦੇ ਵਿੱਚ, ਆ ਮੁੰਡੇ ਨੇ ਕਹਿੰਦੇ ਆਸਟ੍ਰੇਲੀਆ ਦੇ ਮੈਲਬਰਨ ਦੇ ਵਿੱਚ ਵੀ ਧੁੰਮਾ ਪਾਈਆਂ। ਗੁਰਲਾਲ ਇਸ ਵੇਲੇ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ, ਪੱਧਰੀ ਵਾਲਾ ਰਾਜਾ ਤਿਆਰ ਹੈ। ਨਾਲ ਕਹਿੰਦੇ ਮਾਝੇ ਦੇ ਵਿੱਚੋਂ ਮੁੰਡਾ ਛੋਟੀ ਉਮਰ ਦੇ ਵਿੱਚ ਚੈਂਪੀਅਨ ਬਣਿਆ, ਆਹ ਮੁੰਡੇ ਦੇ ਚਰਚੇ ਕਰ ਰਹੇ ਹੈ। ਸੁਰ ਸਿੰਘ ਪਿੰਡ ਹੈ ਬਾਜੂ ਭਲਵਾਨ ਦਾ ਚੰਡਿਆ ਖਿਡਾਰੀ ਹੈ, ਪਾਣੀ ਜਿਹੜਾ 16 ਵਾਲੇ ਗੁਰਲਾਲ ਨੇ ਜੋੜ ਦਿੱਤਾ। ਆਹ ਮੁੰਡਾ ਕਹਿੰਦੇ ਨਿਊਜ਼ੀਲੈਂਡ ਦੇ ਹਲਮਿੰਟਨ ਦੇ ਵਿੱਚ ਦੁਨੀਆ ਨਚਾਇਆ, ਵਰਿੰਦਰ ਸੰਧੂ ਨੇ ਮਾਣ ਕਰਦੇ ਕੀੜੀ ਵਾਲੇ ਸਾਹਿਬੇ ਦੀ ਖੇਡ ਤੇ। ਸਾਬਾ ਕਬੱਡੀ ਪਾਵੇਗਾ ਤੇ ਉਸਤਾਦ ਸੁੱਗਾ ਸਾਹਿਬ, ਕੀੜੀ ਵਾਲਾ ਕਹਿੰਦੇ ਸਾਬਾ ਰੇਡ ਪਾਉਣ ਵਧਿਆ ਹੋਇਆ। ਆ ਕਹਿੰਦੇ ਢੰਡਾ ਵਾਲਾ 1 ਲੱਖ ਮਾਣ ਕਹਿੰਦੇ ਬਿੱਲੇ ਗਿੱਲ ਨੇ ਗੱਭਰੂ ਦਾ ਕੀਤਾ ਪਰ ਨਹੀਂ ਡੱਕ ਸਕਿਆ ਤੇ ਪੈਂਡ ਸਵੇ ਧਾਵੀ ਰੇਸੇ ਜੁੜਦਾ ਹੈ। ਦੁੱਗਰੀ ਵਾਲਾ ਪੰਡਿਤ ਫਿਰ ਰੇਡ ਪਾਉਣ ਵਧਿਆ ਹੋਇਆ, ਜੱਗਾ ਤਿਆਰੀ ਫੜ ਲਾ 3-500 ਦੇ ਹੈ। ਔਰ ਜੱਗਾ ਨਾਲ ਕਹਿੰਦੇ ਰਾਜਾ ਪੱਧਰੀ ਵਾਲਾ ਤਿਆਰ ਖੜਾ ਹੈ। ਕਾਸ਼ ਕਹਿੰਦੇ ਚੈਂਪੀਅਨਸ਼ਿਪ ਤੋਂ ਬੈਠਾ ਹੈ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ, ਆਹ ਮੁੰਡੇ ਨੇ ਕਹਿੰਦੇ ਪਹਿਰਾ ਵਹਿਰਾ ਕਰਾਈ ਹੈ। 855 ਕਹਿੰਦੇ ਮਾਣ ਸਨਮਾਨ ਵਜੋਂ ਮਿਲਿਆ। ਆਹ ਦੁੱਗਰੀ ਵਾਲੇ ਪੰਡਿਤ ਨੂੰ ਕਹਿੰਦੇ ਚਿੰਬੜ ਗਿਆ, ਆਹ ਮੁੰਡਾ ਚਿੰਬੜ ਗਿਆ ਕਹਿੰਦੇ ਭਰਿੰਡ ਬਣ ਕੇ। ਸੁਰਸੀਏ ਗ੍ਰਾਂ ਤਾੜੀ ਮਾਰ ਦੋ ਕਾਸ਼ ਵਾਸਤੇ, ਆਹ ਭਰੀ ਹੋਈ ਬਗਲ ਹੈ ਕਿ ਖੁੱਚ ਪੱਟਣੀ ਕਬੱਡੀ ਵਿੱਚ ਲਾਉਣੀ, ਬੜੀ ਔਖੀ ਢਾਕ ਮਿੱਤਰੋ। ਕਿਦਾਂ ਮਿਹਨਤਾਂ ਦੇ ਨਾਲ ਪੇ ਲੱਗਦੇ ਖਾ ਕੇ ਖੁਰਾਕ ਮਿੱਤਰੋ, ਦਾ ਮਿਹਨਤਾਂ ਦੇ ਨਾਲ ਸਭੇ ਲੱਗਦੇ ਖਾ ਕੇ ਖੁਰਾਕ ਮਿੱਤਰੋ। ਆਹ ਕਰਮਾ ਭਾਗਾਂ ਵਾਲੀ ਧਰਤੀ ਹੈ, ਦਿਆਲਪੁਰੀਆ ਕਰਨਾ ਇਸ ਵੇਲੇ ਕਬੱਡੀ ਪਾ ਰਿਹਾ, ਜਿਹੜੇ ਬਠਿੰਡੇ ਦਾ ਖਿਡਾਰੀ ਆਹ ਕਬੱਡੀ ਕਬੱਡੀ ਕਰਦਾ ਕਿਉਂ ਵਧਿਆ ਹੋਇਆ। ਆਹ ਫਰੰਦੀਪੁਰੀਏ ਗੋਪੀ ਦੀ ਹਿੱਕ ਦੇ ਵਿੱਚ ਟੱਚ ਕੀਤਾ ਤੇ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ। ਜਦੋਂ ਸਿੱਖ ਇਤਿਹਾਸ ਦਾ ਜ਼ਿਕਰ ਕਰਦੇ ਹੈ ਤੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਸੈਨ ਭਗਤ ਜੀਆਂ ਦੀ ਜਿਹੜੀ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਦਰਜ ਹੈ, ਜਿਹਨਾਂ ਦਾ ਸੋਲ ਠੱਠੀ ਪਿੰਡ ਹੈ ਤੇ 16 ਵਾਲਾ ਮੁੰਡਾ ਇਸ ਵੇਲੇ ਹਿੰਦਾ ਕਬੱਡੀ ਪਾ ਰਿਹਾ। ਟੱਕਰ ਇਸ ਵੇਲੇ ਆਹ ਬੱਲੇ 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 ਭਾਵੀ ਸੰਧਵਾ ਮਾਰਿਆ ਗੋਲਾ ਇਸ ਵੇਲੇ ਖੇਮ ਕਰਨੀ। ਇਹਦਾ ਨਾਮ ਮੈਂ ਰੱਬੋ ਰੱਖਿਆ, ਕਬੱਡੀ ਦੇ ਖੇਡ ਬਣਾਉਣਾ ਜੇ ਸਾਡਾ ਮਾਝੇ ਵਾਲਾ ਛੋਟਾ ਰੱਬੋ ਹੈ ਜਿਹੜਾ ਰੇਡ ਪਾ ਕੇ ਵਧਿਆ ਹੋਇਆ। ਲਓ ਸੁਰ ਸਿੰਘੀਆ ਕਹਿੰਦੇ ਭੀਮ ਰੇਡ ਪਾਉਣ ਨੂੰ ਵਧਿਆ ਹੋਇਆ, 4 ਤਿਆਰ ਹੈ। ਲੱਦੂ ਵਾਲਿਆ ਪ੍ਰੀਤ ਤੇਰੇ 3 ਜੱਫੇ 500 ਦੇ, ਹਰਿੰਦਰ ਸਾਹਿਬ ਔਲਖ ਡਿਆਲ ਜਰਮਨੀ ਵੱਲੋਂ, ਸਰਵਣ ਔਲਖ ਵੱਲੋਂ ਲੱਦੂ ਵਾਲੇ ਪ੍ਰੀਤ ਦੇ ਪਹਿਲੇ 3 ਜੱਫੇ 500 ਦੇ ਹੋਣਗੇ। ਲਓ ਪਹਿਲੇ 3 ਜੱਫੇ 500 ਦੇ ਪਰ ਪੈਂਡ ਸਮੇਂ ਕਹਿੰਦੇ ਭੀਮ ਆਪਣੀ ਟੀਮ ਦੇ ਇਸੇ ਜੋੜਦਾ ਹੈ। ਲਓ ਪੰਡਿਤ ਕਹਿੰਦੇ ਦੁੱਗਰੀ ਵਾਲਾ ਹਣੀ ਪੰਡਿਤ ਫੁੱਲੋਂ ਵਾਲੀਆ ਰੇਡ ਪਾਉਣ ਵਧਿਆ ਹੋਇਆ, ਬੈਂਕਿਆਂ ਵਾਲਿਆ ਫੜਖਾ ਤਿਆਰੀ, ਸਿਫਟ ਗੱਡੀ ਕਹਿੰਦੇ ਮਾਣ ਸਨਮਾਨ ਵਜੋਂ ਮਿਲੀ ਹੈ। ਸੰਧਵਾ ਵਾਲੇ ਗੋਲੇ ਨੇ ਕਹਿੰਦੇ 1.5 ਲੱਖ ਦਾ ਜਫਾ ਉਹ ਬਾਕੀਪੁਰ ਦੀ ਧਰਤੀ ਤੇ ਲਾਇਆ, ਪਰ ਆ ਤੱਕ ਦੇ ਕਬੱਡੀ ਦੇ ਖੇਡ ਮੈਦਾਨ ਅੰਦਰੋਂ ਸੰਧਵਾ ਵਾਲਾ ਗੋਲਾ ਤੇ ਪੰਡਿਤ ਉਹ ਪੰਡਿਤ ਤੇ ਸੰਧਵਾ ਵਾਲਾ ਗੋਲਾ ਲੱਭੀ ਗੋਲਿਆ ਤਿਆਰੀ ਫੜ ਲਾ ਮੁੰਡਾ ਫੜਨਾ ਬਾਈ ਤਾੜੀਆਂ ਮਾਰ ਦੋ ਹਣੀ ਪੰਡਿਤ ਦੇ ਲਈ, ਬਾਬੀ ਤੇਰਾ ਹਾਸਾ ਕੁਝ ਕਰਾਵੇਗਾ। ਜਦੋਂ ਬਾਜੇ ਖੰਨੇ ਦਾ ਸੁੱਗਾ ਸਾਹਿਬ ਹਰਜੀਤ ਖੇਡਦਾ ਹੁੰਦਾ ਸੀ ਤੇ ਪ੍ਰੋਫੈਸਰ ਮੱਖਣ ਸਾਹਿਬ ਜੀ ਨੇ ਗੱਲ ਕੀਤੀ ਕਿ ਮੁੰਡਿਆ ਵੇ ਮੁੰਡਿਆ ਫਰੀਦ ਕੋਟੀਆ ਤੇਰੇ ਬੁੱਲਾਂ ਤੇ ਸ਼ਰਾਰਤ ਹੱਸਦੀ ਹੈ। ਉਹ ਮਾਨਸੇ ਵਾਲਾ ਏ, ਉਹ ਮਾਝੇ ਵਾਲੇ ਦੀ ਟੱਕਰ ਹੈ, ਇਹ ਸਿੱਧੂ ਮੂਸੇ ਵਾਲੇ ਦੇ ਏਰੀਏ ਚੋਂ ਆਇਆ। ਜੇਕਰ ਜੱਗੂ ਦਾ ਜੱਫਾ ਵਧੀਆ ਲੱਗਾ ਤੇ
ਕਹਿੰਦੇ ਉਹ ਤਾੜੀਆਂ ਮਾਰ ਦੋ ਜ਼ੋਰਦਾਰ ਕਿ ਗੋਲੀ ਵੱਜੀ ਤੋਂ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ, ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ। ਆਹ ਸਿੱਧੂ ਮੂਸੇ ਵਾਲਾ ਵੀ ਵੱਡੀਆਂ ਗੱਲਾਂ ਕਰ ਗਿਆ, ਤਾਂ ਮੀਰਾ ਕੋਟੀ ਇਸ ਵੇਲੇ ਕਮਲ ਕਬੱਡੀ ਪਾ ਕੇ ਤਗੜਾ ਪੁਆਇੰਟ ਜੋੜ ਗਿਆ। ਉਹ ਜਿਹੜੇ ਜਿਹੜੇ ਅੰਬੇ ਨੂੰ ਪਿਆਰ ਕਰਦੇ ਤਾੜੀਆਂ ਮਾਰ ਕੇ ਦੱਸਣਗੇ ਅੰਬੇ ਦੇ ਲਈ। ਤਾੜੀਆਂ ਅੰਬੇ ਦੇ ਲਈ ਤਾੜੀਆਂ ਲਓ ਸਾਹਮਣੇ। ਖੇਡ ਮੈਦਾਨ ਚ ਅੰਮ੍ਰਿਤਪਾਲ ਸਿੰਘ ਰਵੀ ਸ਼ੇਰ ਦਾ ਸਪੁੱਤਰ ਵਧਿਆ ਹੋਇਆ। ਉਹ ਗੱਭਰੂ ਨੂੰ ਕਹਿੰਦੇ ਰੇਂਜ ਰੋਵਰ ਗੱਡੀ ਨਾਲ ਵੱਡੇ ਮਾਨ ਸਨਮਾਨ ਹੋਣੇ ਆ। ਦੂਜੀ ਸਾਈਡ ਤੇ ਕਹਿੰਦੇ ਸਨਮਾਨ ਰੂਪੀ ਕੌਣ ਜੀਵ ਦੇ ਨਾਲ ਹੈ, ਪਰ ਰਵੀ ਸ਼ੇਰ ਦਾ ਪੁੱਤ ਪੁਆਇੰਟ ਆਪਣੀ ਟੀਮ ਦੇ ਸੇ ਜੋੜਦਾ ਆਇਆ। ਲਓ ਸੁਰ ਸਿੰਘ ਜਾਂ ਗੁਰਲਾਲ ਫੇਰ ਆ ਗਿਆ। ਗੱਭਰੂ ਕਹਿੰਦੇ ਸ਼ੇਫਰ ਤੋਂ ਉੱਪਰ ਕਰਦਾ, ਜਦੋਂ ਹੱਥ ਲਾ ਕੇ ਬਾਂਹ ਤਾਂ ਨੂੰ ਕਰਦਾ ਤੇ 10 ਫੁੱਟ ਨੂੰ ਪਾਰ ਕਰਦੀ ਹੈ। ਅਲਗੋਂ ਵਾਲਿਆ ਫੜਖਾ ਤਿਆਰੀ, ਜਾਂ ਕਹਿ ਕਾਸ਼ ਨੂੰ ਫੜਨਾ ਤਾਂ ਇਹਨੂੰ ਫੜ, ਉਹ ਫੜਨਾ ਤਾਂ ਇਹਨੂੰ ਫੜ, ਪਰ ਇਹਨੂੰ ਫੜਨਾ ਬਾਹਲਾ ਔਖਾ ਹੈ। ਆਹ ਮੁੰਡੇ ਨੇ ਕਹਿੰਦੇ ਫੋੜ ਜਿੱਤਿਆ ਰਾਣੀ ਬਲਾ ਦੀ ਧਰਤੀ ਤੋਂ। ਲਓ ਇਸੇ ਲਈ ਦਵਰਜੀ ਵਾਲਾ ਦੀਪ ਹੱਸਦਾ ਹੈ। ਦਵਰਜੀ ਵਾਲਾ ਦੀਪ ਅੱਜ ਦੇ ਸਮੇਂ ਦਾ ਟੋਪਰ ਖਿਡਾਰੀ ਹੈ। ਬੜੀ ਮਿਹਨਤ ਕਰਨੀ ਪਈ ਹੈ ਆ ਮੁੰਡੇ ਨੂੰ, ਕਿਉਂਕਿ ਮੰਜ਼ਿਲ ਇੰਨੀ ਸੌਖੀ ਨਹੀਂ ਮਿਲੀ। ਮਿਹਨਤਾਂ ਦੇ ਨਾਲ ਜਾ ਕੇ ਫਿਰ ਮੁਕਾਮ ਮਿਲਦੇ ਹੈ। ਲਓ ਦਮਰਜੀ ਵਾਲਾ ਇਸੇ ਲਈ ਦੀਪ ਕਬੱਡੀ ਪਾ ਰਿਹਾ ਹੈ। ਸਕਾਰਪੀਓ ਗੱਡੀ ਮਾਣ ਸਨਮਾਨ ਵਜੋਂ ਘਰਿਆਲੇ ਦੇ ਕੱਪ ਤੇ ਮਿਲੀ ਹੈ। ਉਹ ਟੱਕਰ ਰੇ ਰੂਬੀ ਕੌਣ ਦਿੱਤੀ ਜਾਣੀ ਹੈ ਆ ਫਰੰਦੀਪੁਰੀ ਗੋਪੀ ਨੂੰ, ਡਾਕਟਰ ਰਾਮ ਦੇ ਜਿਗਰੀ ਯਾਰ ਨੂੰ। 7 ਅਕਤੂਬਰ ਨੂੰ ਉਹ ਗੱਡੀ ਦਿੱਤੀ ਜਾਣੀ ਹੈ ਜਿਹਦੀ ਕੀਮਤ ਕਰੋੜ ਨੂੰ ਟੱਚ ਹੁੰਦੀ ਹੈ, ਜਿਹਦੀ ਕੀਮਤ ਵੀ ਘਰਿਆਲਾ ਸਾਹਿਬ ਲਗਭਗ ਕਰੋੜ ਦੇ ਲਾਗੇ ਪਾਸੇ ਪਹੁੰਚ ਜਾਂਦੀ ਹੈ। ਆਹ ਸਾਹਮਣੇ ਆਹ ਬੱਲੇ 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 ਆ ਕਹਿੰਦੇ ਸੁੱਗਾ ਸਾਹਿਬ ਨੇ ਆਖਿਆ। ਆਹ ਮੁੰਡਾ ਵੀ ਕਹਿੰਦੇ ਨੌਜਵਾਨ ਬੋਲਾ ਸੰਧਵਾ ਵਾਲਾ ਦੁਨੀਆਂ ਦਾ ਮਹਾਨ ਖਿਡਾਰੀ ਹੈ। 1.5 ਲੱਖ ਦਾ ਜਿਹੜਾ ਜੱਫਾ ਬਾਕੀਪੁਰ ਦੀ ਧਰਤੀ ਤੇ ਲਾਇਆ। ਲਓ ਮਨ ਸਿੰਘ ਜਿਹੜੇ ਸੰਗਰੂਰ ਦਾ ਖਿਡਾਰੀ ਖੇਡਿਆ ਕੈਨੇਡਾ ਲੱਦੂ ਵਾਲੇ ਹੋ ਮੂਰੇ ਏ ਬੱਲੇ ਆਹ ਬੱਲੇ ਨਹੀਂ ਉਰੀਸਾ ਜਗਦੇਵ ਕਲਾਂ ਦੀ ਧਰਤੀ ਦਾ ਯਾਰ ਇੱਡਾ ਬੰਦਾ ਫੜਨਾ ਕੋਈ ਖਾਲਾ ਜੀ ਦਾ ਵਾੜਾ ਥੋੜਾ। ਐ ਲੱਗਦਾ ਕਿਦਾਂ ਦੋ ਜੋੜ ਕੇ ਇੱਕ ਬਣਾਇਆ ਹੋਵੇ, ਜਿੱਦਾਂ ਦੋ ਜੋੜ ਕੇ ਇੱਕ ਬਣਾਇਆ ਹੋਵੇ। ਜੱਗਾ ਕਹਿੰਦੇ ਭੁੱਸਿਆਂ ਵਾਲਾ ਸਵੇ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ ਹੋਇਆ। ਲੈ ਵੀ ਜੱਗਾ ਫੜਖਾਂ ਤਿਆਰੀ, 500 ਬੇਲਾਂ 3 ਜੱਫਿਆਂ ਤੇ। ਕਾਸ਼ ਕਹਿੰਦੇ ਸੁਰ ਸਿੰਘਿਆ ਤਿਆਰ ਹੈ, ਪਰ ਆ ਕਹਿੰਦੇ ਪੱਧਰੀ ਵਾਲਾ ਰਾਜਾ 10 ਸਾਲ ਕੈਨੇਡਾ ਦਾ ਵੀਜ਼ਾ ਹੈ, ਯੂਰਪ ਦੀ ਵੀ ਤਿਆਰੀ ਹੈ। ਤੇ ਆਸਟ੍ਰੇਲੀਆ ਵਾਲੇ ਕਹਿੰਦੇ ਮਣਾ ਮੂਹੀ ਪਿਆਰ ਦਿੰਦੇ ਹੈ, ਪਰ ਪੁਆਇੰਟ ਇਸ ਵੇ ਕਹਿੰਦੇ ਧਾਵੀ ਦੇ ਸੇ ਜੁੜ ਗਿਆ। ਆਹ ਮੁੰਡਾ ਕਹਿੰਦੇ ਜਗਰੂਪ ਸਿੰਘ ਜੀ ਭੰਗੂ ਮੀਰਾ ਕੋਟੀਏ ਦੇ ਪਿੰਡ ਦਾ, ਸ਼ਮਸ਼ੇਰ ਕਹਿੰਦੇ ਮੀਰਾ ਕੋਟੀਆ। ਇਸ ਵੇ ਰੇਡ ਪਾਉਣ ਨੂੰ ਵੱਧ ਹੋਇਆ, 4 ਤਿਆਰ ਖੜੇ ਹੈ। ਲੱਦੂ ਵਾਲਾ ਪ੍ਰੀਤ ਤਿਆਰ ਹੈ, ਚੌਹਾਂ ਭਰਾਵਾਂ ਦੀ ਘੁੰਮਦੀ ਚੈਨ। ਆਹ ਹਾਕਮ ਵਾਲੇ ਜੱਗੂ ਨੇ ਕਹਿੰਦੇ ਦੁਨੀਆ ਫੈਨ ਬਣਾਈ ਹੈ। ਤੇ ਫਰੰਦੀਪੁਰੀਆ ਜਦੋਂ 2011 ਦੇ ਵਿੱਚ ਕੈਨੇਡਾ ਖੇਡਿਆ, ਹੱਥ ਰੱਖ ਆਹ ਫਰੰਦੀਪੁਰੀਆ, ਆਹ ਫਰੰਦੀਪੁਰੀਆ ਵੀ ਨੌਜਵਾਨਾਂ ਕੇ ਦੁਨੀਆ ਦੇ ਸ਼ੇਰ ਹੈ ਫਰੰਦੀਪੁਰ ਦਾ ਗੋਪੀ। ਬਹੁਤੀ ਦੇਰ ਨਹੀਂ ਲਾਉਂਦਾ ਪੁੱਠੀ ਕਰ ਦਿੰਦਾ, ਪੁੱਠੀ ਕਰ ਦਿੰਦਾ ਟੋਪੀ ਵਰਿੰਦਰ। ਮੈਂ ਤੇਰਾ ਇੱਕੋ ਮਿੰਟ ਲੈਣਾ, ਫਰੰਦੀਪੁਰੀਆ ਨੇ ਇੱਕ ਜੱਫਾ ਹੋਰ ਲਾਤਾ ਨਾ ਸਾਹਿਬ ਢਿੱਲੋਂ ਮਾਲੂਵਾਲ, ਦਲਵਾਗ ਢਿੱਲੋਂ ਮੇਰਾ ਵੀਰ ਭੰਗਾਲੀਆ USA ਤੇ ਸਾਹਿਬ ਢਿੱਲੋਂ ਭੰਗਾਲੀਆ ਕਹਿੰਦੇ 500 ਸਾਡੇ ਵੱਲੋਂ ਦੇ ਦੀ ਫਰੰਦੀਪੁਰੀ ਦੇ। ਦੋ ਤੇ ਮਾਨ ਸਨਮਾਨ ਕੀਤੇ ਜਾਣਗੇ, ਕਿਹੜੀ ਫਗਾਨਾ ਦੀ ਧਰਤੀ ਦਾ ਇਸ ਵੇਲੇ ਸਾਬਾ ਕਬੱਡੀ ਭਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਹੈ। ਤੇ ਚਾਰਾਂ ਦੇ ਵਿੱਚੋਂ ਆ ਲੱਦੂ ਵਾਲਾ ਪ੍ਰੀਤ ਬੱਲੇ 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 ਆ ਬੱਲੇ ਵਾ ਵੀ ਲੱਦੂ ਵਾਲਿਆ। ਆ ਵੀ ਮੁੰਡਾ ਕਹਿੰਦੇ ਕੈਨੇਡਾ ਦੇ ਵਿੱਚ ਖੇਡੇਗਾ, ਆ ਮੁੰਡਾ ਵੀ ਕਹਿੰਦੇ ਟੋਰਾਂਟੋ ਸ਼ਹਿਰ ਦੇ ਵਿੱਚ ਗੱਲਾਂ ਕਰਾਵੇਗਾ। ਤਗੜਾ ਪੁਆਇੰਟ
ਆਪਣੀ ਟੀਮ ਦੇ ਖਾਤੇ ਜੋੜ ਕੇ ਸਿੰਘ ਸਾਹਿਬ ਜਥੇਦਾਰ ਸ਼੍ਰੀਮਾਨ ਸੰਤ ਮਹਾਂਪੁਰਸ਼ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ, ਸ਼੍ਰੀਮਾਨ ਸੰਤ ਮਹਾਂਪੁਰਸ਼ ਬਾਬਾ ਪ੍ਰੇਮ ਸਿੰਘ ਜੀ, ਸ਼੍ਰੀਮਾਨ ਸੰਤ ਮਹਾਂਪੁਰਸ਼ ਬਾਬਾ ਚਰਨਜੀਤ ਸਿੰਘ ਸਾਹਿਬ ਜੀ, ਦੋਨਾਂ ਬੁਲਾਰਿਆਂ ਦੇ ਲਈ, ਦੋਨਾਂ ਪੁੱਤਰਾਂ ਦੇ ਲਈ ਵੱਡੇ ਆਸ਼ੀਰਵਾਦ ਪੁੱਜਦਾ ਘਰ ਦੇ ਵਿਸ਼ੇਸ਼ ਤੌਰ ਤੇ ਧੰਨਵਾਦ। ਕਿਰਪਾ ਕਰਕੇ ਸਾਊਂਡ ਤੋਂ ਸਾਈਡ ਨੂੰ ਹੋ ਜਾਓ ਯਾਰ, ਇਹ ਸਾਰਾ ਸਾਊਂਡ ਦਾ ਸਿਸਟਮ ਕਬੱਡੀ ਦੇ ਨਾਲ। ਹਾਂ ਪ੍ਰਵਾਨ, ਹਾਂ ਪ੍ਰਵਾਨ, ਆ ਚੱਕ ਉਹ ਮਾਝੇ ਵਾਲੇ ਦੇ ਸਵਾਦ ਉਹਨਾਂ ਦੇ, ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ। ਲਓ ਪੁਆਇੰਟ, ਕਹਿੰਦੇ ਹਣੀ ਪੰਡਿਤ ਜੋੜ ਗਿਆ, ਮੁੰਡਾ ਕਹਿੰਦੇ ਕਰਨ ਦਿਆਲਪੁਰੀਆ ਰੇੜਪਾ ਨੂੰ ਵਧਿਆ ਹੋਇਆ, ਚਾਰ ਤਾਰਾ ਫਰੰਦੀਪੁਰੀਆ ਲਾ ਇੱਕ ਹੋਰ, ਸਾਹਿਬ ਢਿੱਲੋਂ ਮਾਲੂਵਾਲ ਕਹਿੰਦਾ ਦਿਲਬਾਗ ਢਿੱਲੋਂ ਤੇ ਸਾਹਿਬ ਢਿੱਲੋਂ ਕਹਿੰਦੇ ਆ, ਦੇ 500 ਕਹਿੰਦੇ ਫਰੰਦੀਪੁਰੀਏ ਨੂੰ, ਆਹ ਤੱਕ ਦੇ ਖੇਡ ਮੈਦਾਨ ਚ ਕਰਨ ਕਹਿੰਦੇ ਦਿਆਲਪੁਰੀਆ ਤੇ ਲੋਧੀ ਟਰਾਈ ਕਰਦਾ, ਪੁਆਇੰਟ ਕਹਿੰਦੇ ਧਾਵੀ ਰੇਸੇ ਜੁੜਦਾ ਹੋਇਆ, ਚੱਲੋ ਗੱਭਰੂਗਾ ਪਾਰ ਰੇਡ, ਮੀਰਾਂ ਕੋਟੀਆਂ ਰੇਡ ਪਾਵੇਗਾ, ਛੋਟਾ ਵੀਰ ਗੱਲ ਕਰਦਾ ਹੋਇਆ। ਲਓ ਇਸੇ ਦੇ ਕਮਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਜੇਕਰ ਕਾਸ਼ ਦੇ ਨਾਲ ਟੱਕਰ ਹੋ ਜਾਵੇ ਜਾਂ ਸਿਪ ਸਾਹਿਬਾ ਅੱਗੋਂ ਘੇਰ ਲਵੇ ਫਿਰ ਗੱਲਾਂ ਵੱਖਰੀਆਂ ਹੋਣਗੀਆਂ। ਇਹ ਆਇਆ ਕਾਸ਼, ਆਇਆ ਕਾਸ਼, ਉਹ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ, ਸਾਡੇ ਬੱਲਿਆਂ ਰਿਕਾਰਡ ਬੋਲਦੇ, ਆਹ ਮੁੰਡੇ ਦੇ ਰਿਕਾਰਡ ਬੋਲਦੇ ਹੈ। ਸੰਮਾ ਪਹਿਲਵਾਨ ਜੀ ਨਿਊਜ਼ੀਲੈਂਡ ਵੀ ਖੇਡ ਆਇਆ, ਯੂਰਪ ਦੀ ਤਿਆਰੀ ਹੈ ਤੇ ਉਹ ਧਰਤੀ ਤੇ ਦੁਨੀਆ ਵਿੱਚ ਆਇਆ, ਜਿਹੜੀ ਧਰਤੀ ਤੇ ਸਰਵ ਕੋਟੀਆ ਪਲੇਅਰ ਤਰਸਦੇ ਆ ਕਿ ਨਿੱਕਰ ਪਾ ਕੇ ਗਰਾਊਂਡ ਵਿੱਚ ਇਕੱਲਾ ਖੜਨਾ ਹੀ ਮਿਲ ਜਾਵੇ ਨਾ ਤੇ ਤਾਂ ਵੀ ਜਿਹੜੀ ਜ਼ਿੰਦਗੀ ਪਵਿੱਤਰ ਹੋ ਜਾਵੇਗੀ। ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੁੰਡਾ ਬੈਸਟ ਬਣਿਆ, ਆਹ ਵੀ ਮੁੰਡੇ ਤੋਂ ਆਸਾਂ ਵੱਡੀਆਂ, ਭੀਮ ਇਸੇ ਲਈ ਤਗੜਾ ਪੁਆਇੰਟ ਜੁੜ ਗਏ। ਹੁਣ ਦੇਖਾਂਗੇ ਸੋਹਣਾ ਵਾਲਾ ਗੁਰਲਾਲ, ਸੋਹਣਾ ਵਾਲਾ ਗੁਰਲਾਲ ਇਸ ਦੇ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ ਆ, ਛੋਟਾ ਵੀਰਾ ਖੜ ਜਾਣ ਕਲਸਾਂ ਵਾਲਿਆ, ਬਹੁਤ ਹੋ ਗਈ ਹੈ, ਆਹ ਗੁਰੂ ਦਾ ਖਾਲਸਾ ਰੇਸ ਹਰਾ ਲਿਆ, ਇਹਦਾ ਵੀ ਮਾਣ ਸਨਮਾਨ ਵੱਡਾ ਕਰਨਾ ਹੈ। ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ 16 ਦਾ ਗੁਰਲਾਲ ਤਿਆਰ ਹੈ, ਬੈਂਕੇਲਾ ਬਾਜੂ ਤਿਆਰ ਖੜਾ, ਇਹ ਦੋ ਟੀਮਾਂ ਜਵਾਇੰਟ ਬਣੀਆਂ, ਸੁਰ ਸਿੰਘੀ ਪ੍ਰਤਾਪ ਦੀ, ਇਹ ਲਾਲੀ ਸਿੱਧੂਣਾ ਦੀ ਟੀਮ ਹੈ, ਇਹ ਜੁੱਗੇ ਸਿੱਧੂ ਤੇ ਮਿੱਠੂ ਮਿੱਠੀ ਸੰਧੂਣਾ ਦੀ ਟੀਮ ਹੈ। ਆਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਪੱਧਰੀ ਵਾਲਾ ਰਾਜਾ ਤੇ ਗੁਰਲਾਲ ਕਹਿੰਦੇ ਸੋਹਲ ਪਿੰਡ ਵਾਲਾ, ਪਰ ਪੈਂਟ ਇਸ ਦੇ ਧਾਵੀ ਦੇ ਜੁੜ ਗਿਆ। ਲਓ ਅੰਮ੍ਰਿਤਪਾਲ ਸਿੰਘ ਅੰਬਾ ਕਹਿੰਦੇ ਸੁਰ ਸਿੰਘਿਆ ਰੇਡ ਪਾਵੇਗਾ, ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤਰ ਇਸ ਵੇਲੇ ਕਬੱਡੀ ਪਾ ਰਿਹਾ। ਇਹ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਸਾਹਿਬ ਜੀਆਂ ਦੀ ਕਿਰਪਾ ਹੈ ਕਿ ਬਾਬਾ ਅਵਤਾਰ ਸਿੰਘ ਸੋਹਰ ਸਿੰਘ ਵਾਲੇ ਜਿਹੜੇ, ਇਹ ਸਭ ਉਹਨਾਂ ਦੀ ਹੀ ਕਿਰਪਾ ਦੇ ਨਾਲ ਹੈ। ਮਾਝੇ ਵਿੱਚ ਉੱਠਿਆ ਤੂਫਾਨ ਬਣ ਰੇਡਰ ਜੋ, ਆਹ ਸੋਹਰ ਸਿੰਘ ਵਾਲਾ ਅੰਬਾ ਖੇਡਦਾ ਕਮਾਲ ਹੈ, ਸੋਹਰ ਸਿੰਘ ਵਾਲਾ ਅੰਬਾ ਖੇਡਦਾ ਕਮਾਲ ਹੈ, ਖੇਡਦਾ ਕਮਾਲ ਹੈ। ਜੈਦੀ ਬੁੱਟਰ ਨੇ ਟਰਾਈ ਕੀਤੀ ਹੈ, ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਭੰਗੜ, ਪੂਰੇ ਦਲ ਪੰਥ ਸਮੇਤ ਪੁੱਜੇ ਆ, ਵੱਡਾ ਮਾਣ ਸਤਿਕਾਰ ਨਾਲ ਬੋਲਾਂ ਲਈ ਪੁੱਜਦਾ ਕੀਤਾ, ਦਿਲੋਂ ਧੰਨਵਾਦ ਕਰਦੇ। ਲੋ ਦੁਗਰੀ ਵਾਲਾ ਪੰਡਿਤ ਹੈ, ਬੈਂਕੇ ਵਾਲਾ ਹੜਖਾਂ ਤਿਆਰੀ, ਇਹ ਮੁੰਡਾ ਕਹਿੰਦੇ ਸ਼ਿਸ਼ਰੇ ਵਾਲੀਏ, ਉਹ ਕੱਦੀ ਦਾ ਚੰਡਿਆ ਹੋਇਆ ਚੇਲਾ ਵਾਲਕਾ, ਇਹ ਚੀਮਿਆਂ ਵਾਲੇ ਮਲਕੀਤ ਹੁਣਾਂ ਦਾ ਕਹਿੰਦੇ ਉਹ ਚੰਡਿਆ ਹੋਇਆ ਚੇਲਾ ਵਾਲਕਾ, ਪਰ ਟਰਾਈ ਕਰਦਾ ਪੁਆਇੰਟ ਧਾਵੀ ਦਾ, ਆਹ ਮੁੰਡੇ ਦਾ ਕਹਿੰਦੇ ਦੌਰ ਚੱਲਦਾ, ਉਹ ਹੁਕਮ ਦੇ ਚੱਕੇ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਤਾੜੀ ਮਾਰ ਕੇ ਦੱਸਿਓ। ਔਰ ਕਹਿੰਦੇ ਦਵਰਜੀ ਵਾਲਾ ਦੀਪ, ਇਹਦਾ ਸਮਾਂ ਚੱਲਦਾ, ਇਹਦਾ ਦੌਰ ਚੱਲਦਾ, ਪਰ ਆ ਕਹਿੰਦੇ ਕੌਣ ਆ, ਇਹ ਜੱਗੂ ਕਹਿੰਦੇ ਹਾਕਮ ਵਾਲੀਆ ਕਹਿੰਦਾ ਮੈਨੂੰ ਦੌਰ ਰੋਕਣੇ ਆਉਂਦੇ ਆ, ਉਹ ਕਹਿੰਦਾ ਮੈਨੂੰ ਦੌਰ ਰੋਕਣੇ ਆਉਂਦੇ, ਕਹਿੰਦਾ ਸਮਾਂ ਚੱਲਦਾ, ਜਿੱਦਾਂ ਕਹਿੰਦੇ ਮੂਸੇ ਵਾਲੇ ਸਿੱਧੂ ਦਾ ਸਮਾਂ ਚੱਲਿਆ, ਉਸੇ ਤਰ੍ਹਾਂ ਲੱਕੀ ਡਰਾਈਵ ਸਰੀ ਸਕੂਲ ਕੈਨੇਡਾ ਵਾਲਿਆਂ ਦਾ ਸਮਾਂ ਚੱਲਦਾ, ਅੱਜ ਜ਼ੋਰ ਲੱਗਾ ਹੋਇਆ, ਮਹਾਂਪੁਰਖ ਬੈਠੇ ਹੋਏ ਆ, ਚੋਟੀ ਚੋਟੀ ਦੇ ਪਲੇਅਰ ਆਏ ਆ, ਉਹ ਕਹਿੰਦੇ ਅਗਲੀ ਰੇਡ ਪਾਉਣ ਵਾਸਤੇ ਜੱਗਾ ਵਧਿਆ ਹੋਇਆ, ਲੈ ਵੀ ਹੈ ਰਾਦਾ, ਉਹ ਹੈ ਰਾਦਾ ਕਾਸ਼ ਹੋ।
ਸਰਬ ਗੁੱਟਿਆ ਸੁੱਖਾ ਇਸ਼ਾਰਾ ਕਰ ਗਿਆ। ਨੰਬਰ ਰੇਡਰ ਦਾ ਬਈ ਬੇਨਤੀ ਹੈ, ਜਦੋਂ ਸੁਰ ਸਿੰਘ ਪ੍ਰਤਾਪ ਸਿੰਘ ਤਾਬੇ ਦਾ, ਗੁਰਸੇਵ ਸਿੰਘ ਚੀਲੇ ਦਾ ਮਾਣ ਸਨਮਾਨ ਮਹਾਂਪੁਰਸ਼ਾਂ ਦੇ ਮੁਬਾਰਕ ਹੱਥਾਂ ਦੇ ਨਾਲ ਪ੍ਰਾਪਤ ਕਰਨ ਦੇ ਲਈ ਗਏ, ਤੇ ਸਰਦਾਰ ਹਰਦੇਵ ਸਿੰਘ ਜੀ ਦਾ ਕਿਸੇ ਨੇ ਜੇਬ ਦੇ ਵਿੱਚੋਂ ਫੋਨ ਕੱਢ ਲਿਆ। ਫੋਨ ਕੱਢਿਆ ਨੀ, ਮੈਨੂੰ ਆਪ ਫੜਾ ਕੇ ਗਏ, ਕੱਢਿਆ ਨੀ ਮੈਨੂੰ, ਕਹਿੰਦੇ ਸਨਮਾਨ ਕਰਦੀ ਹਰਦੇਵ ਸਿੰਘ, ਫੋਨ ਹੈਗਾ ਨਿਕਲਿਆ ਨੀ, ਤੂੰ ਮੈਨੂੰ ਆਪ ਹੀ ਫੜਾਇਆ ਸੀ ਵੀ ਇਹਦਾ ਮਾਣ ਸਨਮਾਨ ਇਹਦੇ ਵਿੱਚ ਲਿਸਟ ਹੈ, ਇਹ ਕਰਾ ਦੇਵੀ। ਇਹ ਸੁੱਖਾ ਸਾਹਿਬ ਜੀ ਤੁਹਾਡੀ ਮਾਨਤਾ ਵੀ ਭੁਲਾ ਲੈਂਦੇ ਨਾ। ਸਾਹਮਣੇ ਇਸ ਵੇਲੇ ਰੇਡ ਪਈ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ, ਆਓ 16 ਮਾਲਾ ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਕੇ ਹੁਣ ਦੇਖਾਂਗੇ। ਸਾਡੀ ਬੇਨਤੀ ਹੈ ਜਿਹੜੇ ਦਰਸ਼ਕ ਭਰਾ ਸਾਊਂਡ ਸਿਸਟਮ ਦੇ ਅੱਗੇ ਖੜ ਕੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਉਹ ਕਿਰਪਾ ਕਰਕੇ ਬੈਠ ਜਾਣ। ਲਓ ਮੀਰਾਂ ਕੋਟੀਆਂ ਸ਼ਮਸ਼ੇਰ ਸਿੰਘ ਕਬੱਡੀ ਭਾ ਰਿਹਾ ਹੈ ਕਿ ਰੋਂਦੀ ਹੋਈ ਬੇਗਮ ਦੇ ਖੁੱਲ੍ਹ ਕੇ ਵਾਲ ਗਲੇ ਵਿੱਚ ਪੈ ਗਏ। ਦੋ ਸਿੰਘ ਸੂਰਮੇ ਨੇ ਵੱਢ ਕੇ ਸਿਰ ਮੱਸੇ ਦਾ ਲੈ ਗਏ, ਦੋ ਸਿੰਘ ਸੂਰਮੇ ਨੇ ਵੱਢ ਕੇ ਸਿਰ ਮੱਸੇ ਦਾ ਲੈ ਗਏ। ਲੱਕ ਸਾਈਡ ਤੇ ਕਹਿੰਦੇ ਜੈਦੀਪ, ਆਹ ਪੁੱਟਰ ਕਹਿੰਦੇ ਬੈਂਕੇ ਪਿੰਡ ਵਾਲਾ ਟਰਾਈ ਕਰਦਾ, ਪਰ ਮੀਰਾਂ ਕੋਟੀਆਂ ਸ਼ਮਸ਼ੇਰ ਇੱਕ ਬੇਨਤੀ ਹੈ, ਕਿਰਪਾ ਕਰਕੇ ਇਧਰਲੀ ਸਾਈਡ ਤੋਂ ਸਾਈਡ ਤੇ ਹੋ ਜਾਓ। ਉਧਰ ਸਾਡੇ ਤਰਨ ਤਾਰਨ ਜ਼ਿਲ੍ਹੇ ਨੂੰ ਵੱਡਾ ਮਾਣ ਮਿਲਿਆ, ਸਾਡੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਜੀ ਭੁੱਲਰ ਉਹਨਾਂ ਨੂੰ ਕਹਿੰਦੇ ਥਲੈਟਿਕ ਦੇ ਵਿੱਚ ਜਿਹੜੇ ਕਹਿੰਦੀ ਵੱਡੀ ਜੋ ਮੇਰੇ ਜ਼ਿਲ੍ਹੇ ਦੀ ਮਿਲੀ ਹੋਈ ਹੈ। ਦਲਬਾਗ ਸਿੰਘ ਜੀ ਪੀਏ ਪੁੱਜੇ, ਦਿਲੋਂ ਧੰਨਵਾਦ ਹੈ। ਲਓ ਸਿਰੇ ਦੀ ਟੱਕਰ ਹੈ, ਪਰ ਆਹ ਮੁੰਡਾ ਕਹਿੰਦੇ ਹਣੀ ਪੰਡਤ ਤੇ ਦੂਜੀ ਸਾਈਡ ਤੇ, ਆਹ ਮੁੰਡੇ ਦਾ ਵੀ ਕਹਿੰਦੇ ਜੋ ਦੌਰ ਚੱਲਦਾ ਨੌਜਵਾਨਾਂ, ਉਹ ਮਾਝੇ ਵਾਲੇ ਜਿੰਨੂੰ ਜਿੰਨੂੰ ਆ ਮੈਚ ਆ ਪਲੇਅਰ ਤੇ ਟੱਕਰ ਵਧੀਆ ਲੱਗੀ, ਤਾੜੀਆਂ ਮਾਰ ਦੋ ਜ਼ੋਰਦਾਰ। ਬੜਾ ਵੱਡਾ ਮੁਕਾਬਲਾ ਖੇਡੇ ਜਾ ਰਿਹਾ, ਕਿਹੜੀ ਅਫਗਾਨਾ ਦੀ ਧਰਤੀ ਦਾ ਇਸ ਵੇਲੇ ਸਾਬਾ ਕਬੱਡੀ ਪਾ ਰਿਹਾ ਕਿ ਅਸੀਂ ਐਸੇ ਯਾਰ ਹਾਂ, ਯਾਰਾਂ ਦੇ ਜਿਹੜੇ ਇੱਕ ਬੋਲ ਤੇ ਤੁਰਦੇ ਨੇ, ਕਈ ਫੋਟੋਆਂ ਦੇ ਵਿੱਚ ਜਾਨ ਕਹਿੰਦੇ ਪਰ ਜਾਨ ਲੈਣ ਨੂੰ ਫਿਰਦੇ ਨੇ, ਕਈ ਫੋਟੋਆਂ ਦੇ ਵਿੱਚ ਜਾਨ ਕਹਿੰਦੇ ਪਰ ਜਾਨ ਲੈਣ ਨੂੰ ਫਿਰਦੇ ਨੇ। ਲਓ ਗੁਰਲਾਲ ਸਿੰਘ ਇਸ ਵੇਲੇ ਕੋਟ ਧਰਮ ਚੰਦ ਕਲਾਂ ਦੀ ਧਰਤੀ ਦਾ ਕਬੱਡੀ ਭਾ ਰਿਹਾ, ਬਾਜੂ ਬੈਂਕੇ ਪਿੰਡ ਵਾਲਾ ਤਿਆਰ ਹੈ, ਡਾਕਟਰ ਰਾਜਵੀਰ ਪੱਧਰੀ ਵਾਲੇ ਦੇ ਨਾਲ ਯਾਰੀ ਹੈ, ਗੈਰੀ ਕੈਨੇਡਾ ਦੇ ਵਿੱਚ ਰਹਿੰਦਾ ਜਿਸ ਭਰਾ ਦਾ ਵੀਰ। ਲਓ ਦਿਆਲ ਪ੍ਰਿਆ ਬਠਿੰਡੇ ਵਾਲਾ ਆ ਗਿਆ ਤੇ ਸੁੱਗਾ ਸਾਹਿਬ ਜੀ ਗੱਲ ਕਰ, ਕਹਿੰਦੇ ਕਰਨਾ ਦਿਆਲ ਪ੍ਰਿਆ ਰੇਡ ਪਾ ਰਿਹਾ, ਲੱਦੂ ਲਿਆ ਫੜਕਾ ਤਿਆਰੀ, ਮੇਰਾ ਖਿਆਲ ਇੱਕ ਰਹਿ ਗਿਆ ਜਿਹੜਾ 500 ਕਹਿੰਦੇ ਲਿਆ ਡਿਆਲ ਔਲਖ, ਕਹਿੰਦੇ ਸਾਹਿਬ ਔਲਖ ਡਿਆਲ ਤੇ ਨਾਲ ਕਹਿੰਦੇ ਸਰਵਣ ਔਲਖ ਉਹਨਾਂ ਨੇ ਦੇਣਾ, ਇੱਕ ਜਫਾ ਬਾਕੀ ਹੈ। ਹਰਿੰਦਰ ਸਾਹਿਬ ਤੱਕਦਾ ਕਹਿੰਦਾ 500 ਲਾਵੇ ਆਹ ਮੁੰਡੇ ਦੇ ਕਹਿੰਦੇ ਜਫਿਆਂ ਦੇ, ਲੱਦੂ ਵਾਲਾ ਪ੍ਰੀਤ ਤੇ ਦਿਆਲ ਪ੍ਰਿਆ ਕਰਨ ਤੇ 65 ਕਹਿੰਦੇ ਧਾਵੀ ਦੇ ਸੇ ਜੁੜ ਗਿਆ, ਅਲਗੋਂ ਵਾਲਿਆ ਤੇਰੇ ਵੀ 3-500 ਦੇ ਹੈ, ਫੜਖਾ ਤਿਆਰੀ। ਲਓ ਮੀਰਾਂ ਕੋਟੀਆਂ ਕਹਿੰਦੇ ਰੇਡ ਪਾਉਣ ਨੂੰ ਵਧਿਆ ਹੋਇਆ, ਚਾਰ ਤਿਆਰ ਪੱਧਰੀ ਵਾਲਿਆ 10 ਦੁਨੀਆਂ ਨੂੰ ਵੀ ਰਾਜ ਅੱਜ ਸੁਰ ਸਿੰਘ ਦੀ ਧਰਤੀ ਦੇ ਖੇਡਣਾ ਹੈ। ਬੈਂਕੇ ਪਿੰਡ ਵਾਲਾ ਬਾਜੂ ਵੀ ਤਿਆਰ ਹੈ, ਗੱਲਾਂ ਸਮੇਂ ਦੀਆਂ ਹੋਣਗੀਆਂ, ਬੈਂਕੇ ਵਾਲਿਆ ਦੱਸਣਾ ਪੈਣਾ ਦੁਨੀਆਂ ਨੂੰ। ਲਓ ਅਲਗੋ ਕੋਠੀ ਵਾਲਾ ਇਸ ਵੇਲੇ ਜੱਗਾ ਕੋਸ਼ੀ ਕਰਦਾ ਖੇਡ ਦੇ ਮੈਦਾਨ ਦੇ ਵਿੱਚ, ਹੁਣ ਦੇਖਾਂਗੇ। ਛੋਟੀ ਉਮਰ ਅੰਮ੍ਰਿਤਪਾਲ ਸਿੰਘ ਅੰਮੇ ਨੇ ਦੁਨੀਆਂ ਨਚਾਈ ਹੈ, 2015-16 ਦੇ ਵਿੱਚ ਪ੍ਰਤਾਪ ਸਿੰਘ ਤਾਂਬਾ ਕੈਨੇਡਾ ਦੇ ਵਰਲਡ ਕੱਪ ਦੇ ਵਿੱਚ ਦੁਨੀਆਂ ਨਚਾਇਆ, ਆਹ ਮੁੰਡੇ ਤੋਂ ਆਸਾਂ ਵੱਡੀਆਂ ਨੇ। ਲਓ ਭੀਮ ਇਸ ਵੇਲੇ ਕਬੱਡੀ ਪਾ ਰਿਹਾ, ਬਘੇਲ ਪਹਿਲਵਾਨ ਦਾ ਚੰਡਾ ਖਿਡਾਰੀ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ, ਹੁਣ ਚਾਰਾਂ ਦੇ ਵਿੱਚੋਂ ਆਓ ਵੱਡੇ ਮਲ ਦੇ ਨਾਲ ਟੱਕਰ। ਹਾਕਮ ਵਾਲੀਆ ਜੱਗੂ, ਹਾਕਮ ਵਾਲੀਆ ਜੱਗੂ ਕਹਿੰਦੇ ਸਭੇ ਪੁਆਇੰਟ ਆਪਣੀ ਟੀਮ ਦੇ ਇਸੇ ਜੋੜਦਾ ਹੈ। ਲਓ 16 ਦਾ ਗੁਰਲਾਲ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ ਹੋਇਆ,
ਕਿ ਬਾਪੂ ਕਹਿੰਦਾ ਖੇਡ ਪੁੱਤਾ ਸ਼ੇਰ ਬਣ ਕੇ ਵਖਾ ਦੇ ਤੂੰ ਕਬੱਡੀ ਦਾ ਪਲੇਅਰ ਬਣ ਕੇ ਯਾਰ ਬੇਲੀ ਰਿਸ਼ਤੇਦਾਰ ਮਾਣ ਕਰਦੇ ਗੁਣਾ ਬਣਾ ਕੋਈ ਨੀ ਕਿਸੇ ਨੂੰ ਜਾਣਦਾ ਪੁੱਤ ਜਿੰਨਾ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਉਹ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਲਓ ਇਸੇ ਲਈ ਆਕਾਸ਼ ਖੁਸ਼ੀ ਕਰਦਾ ਉਧਰ ਨਵਜੋਤ ਸਿੰਘ ਅੰਮ੍ਰਿਤਸਰ ਤੋਂ ਵੱਡਾ ਭਰਾ ਪੁੱਜਿਆ ਵੱਡੇ ਮਾਣ ਪਿਆਰ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਪੁੱਜਦਾ ਕਰਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਨਵਜੋਤ ਸਿੰਘ ਦਾ ਲਓ ਅੰਮ੍ਰਿਤਪਾਲ ਸਿੰਘ ਇਸ ਵੇਲੇ ਕਿ ਸਿੱਖ ਸਰਦਾਰ ਮੁੰਡਾ ਸੋਹਰ ਸਿੰਘ ਪਿੰਡ ਦਾ ਮੰਨਦਾ ਨੀ ਹਾਰ ਯਾਰ ਉਹ ਪੱਕੀ ਬੜੀ ਹਿੰਡ ਦਾ ਸਾਂਵਲਾ ਜਾਂ ਰੰਗ ਬੜੀ ਪੱਖਾਂ ਵਿੱਚ ਜਾਣ ਹੈ ਬਾਜੂ ਭਲਵਾਨ ਕਰੇ ਇਹਦੇ ਉੱਤੇ ਮਾਣ ਹੈ ਲਾਉਂਦੇ ਜਾਫੀ ਨੇ ਸਕੀਮਾਂ ਚੱਕੇ ਕਰਨੇ ਨੂੰ ਜਾਮ ਹੈ ਵਰਿੰਦਰ ਖੇਮ ਕਰਨ ਅੰਬਾ ਤਾਂ ਸਾਰੇ ਮਾਝੇ ਦੀ ਸ਼ਾਨ ਹੈ ਵਰਿੰਦਰ ਖੇਮ ਕਰਨ ਅੰਬਾ ਤਾਂ ਸਾਰੇ ਮਾਝੇ ਦੀ ਸ਼ਾਨ ਹੈ ਹਾਂਜੀ ਦੱਸੋ ਬਾਬਾ ਜੀ ਕਿੰਨੇ ਕਿੰਨੇ ਅੰਕ ਦੋਹਾਂ ਟੀਮਾਂ ਦੇ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਪੱਖੋਕੇ ਵਾਲੇ ਦੱਸਣਗੇ ਕਿਹੜੀ ਟੀਮ ਦੇ ਕਿੰਨੇ ਅੰਕ ਨੇ ਬੜਾ ਵੱਡਾ ਮੁਕਾਬਲਾ ਦੋਵਾਂ ਟੀਮਾਂ ਦੇ ਵਿਚਕਾਰ ਖੇਡਿਆ ਜਾ ਰਿਹਾ ਸਿੰਘ ਸਾਹਿਬ ਜਥੇਦਾਰ ਸ਼੍ਰੀ ਮਾਨ ਸੰਤ ਮਹਾਂਪੁਰਸ਼ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਸ਼ ਸਮੁੱਚੇ ਦਲ ਪੰਥ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਦੱਸਣਗੇ ਕਿਹੜੀ ਟੀਮ ਦੇ ਕਿੰਨੇ ਅੰਕ ਨੇ ਇਸ ਮੈਚ ਤੋਂ ਬਾਅਦ ਮੇਰਾ ਖਿਆਲ ਹੈ ਨੇਜਾਬਾਜੀ ਵੀ ਹੋਵੇਗੀ ਘੋੜ ਦੌੜ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਦਾ ਪੁਰਾਤਨ ਖੇਡ ਹੈ ਨੇਜਾਬਾਜੀ ਵੀ ਹੋਵੇਗੀ ਬੜਾ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਸੁੱਗਾ ਸਾਹਿਬ ਜੇ ਪਲੇਅਰ ਚੋਟੀ ਦੇ ਤੇ ਮੈਚ ਵੀ ਬੜਾ ਲੰਬਾ ਚੱਲ ਰਿਹਾ ਤੇ ਫਸਵਾਂ ਹੈ ਚੋਟੀ ਦੀ ਟੱਕਰ ਹੈ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਕਬੱਡੀ ਕਲੱਬ ਸੋਹਰ ਸਿੰਘ ਦੀ ਟੀਮ ਦੇ ਨੰਬਰ ਨੇ 20 ਤੇ ਵਿਰੋਧੀ ਟੀਮ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਕਬੱਡੀ ਕਲੱਬ ਫਰੰਦੀਪੁਰ ਉਸ ਟੀਮ ਦੇ ਨੰਬਰ ਨੇ 25.5 ਤੇ 1 ਪੁਆਇੰਟ ਜਿਹੜਾ ਹੋਲਡ ਹੈ ਜਿਹਨੇ ਜਿਹਨੇ ਇੱਥੋਂ ਤੱਕ ਦੀ ਖੇਡ ਵਧੀਆ ਲੱਗੀ ਵੀ ਤਾੜੀਆਂ ਮਾਰ ਦੋ ਜ਼ੋਰਦਾਰ ਜ਼ੋਰ ਦਨੀ ਤਾੜੀਆਂ ਮਾਰ ਕੇ ਦੱਸੋ ਕਿ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਕਹਿੰਦੇ ਆ ਕਬੱਡੀ ਖੇਡੀ ਜਾਂਦੀ ਆ ਲਾ ਕੇ ਪੂਰਾ ਤਾਣ ਮਿੱਤਰ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰ ਕਿ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰ ਬਾਹਲਾ ਫਰਕ ਪੈ ਗਿਆ ਬੈਂਕਿਆਂ ਵਾਲਿਆ ਕਾਸ਼ ਨੂੰ ਦੇ ਥਾਪੀ ਜਾਂ ਕਹਿ ਸੰਧਵਾਂ ਵਾਲੇ ਗੋਲੇ ਨੂੰ ਜੇ ਸੱਦਿਆ ਤੇ ਕਿਸੇ ਗੱਲ ਨੂੰ ਸੱਦਿਆ ਪੱਧਰੀ ਵਾਲਿਆ ਤਰੀ ਫੜ ਲਾ ਪਰ ਦੂਜੀ ਸਾਈਡ ਤੇ ਕਹਿੰਦੇ ਸੁਰ ਸਿੰਘਿਆ ਤੇ ਨਾਲ ਕਹਿੰਦੇ ਫਰੰਦੀ ਪ੍ਰਿਆ ਗੋਪੀ ਕਹਿੰਦਾ ਰਾਣਿਆ ਉਹ ਜੇ ਬੁਲਾਇਆ ਤਾਂ ਕਿਸੇ ਗੱਲ ਨੂੰ ਬੁਲਾਇਆ ਹੱਕ ਮਾਰੀਆ ਜੱਗੂ ਜੇ 300 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਹੈ ਤੇ ਕਿਸੇ ਗੱਲ ਨੂੰ ਹੈ ਪਰ ਆਹ ਮੁੰਡਾ ਕਹਿੰਦੇ ਆਹ ਹੁਕਮ ਦਾ ਜੱਕਾ ਕਹਿੰਦੇ ਇਹਨੇ ਫੋਰ ਟਰੈਕਟਰ ਰਾਣੀ ਬਲਾਂ ਤੋਂ ਜਿੱਤਿਆ ਜਿਹੜਾ ਮਿੰਟੂ ਨੰਬਰਦਾਰ ਉਹਨਾਂ ਨੇ ਦਿੱਤਾ ਇਹ ਫੋਰ ਟਰੈਕਟਰਾਂ ਦਾ ਜੇਤੂ ਹੈ ਪਰ 2 ਨੰਬਰ ਤੋਂ ਟਰਾਈ ਕਹਿੰਦੇ ਬੈਂਕੇ ਵਾਲਾ ਕਰਦਾ ਹਲਕਾ ਟੱਚ ਕੀਤਾ ਤੇ ਪੁਆਇੰਟ ਜਿਹੜਾ ਭਾਵੀ ਨੇ ਜੋੜ ਦਿੱਤਾ ਮੱਲੀ ਕਾਰ ਬਾਜ਼ਾਰ ਵਾਲਾ ਵੱਡਾ ਭਰਾ ਵੀ ਚੇਚੇ ਤੌਰ ਤੇ ਆਇਆ ਵੱਡੇ ਪਿਆਰ ਪੁੱਜਦਾ ਕਰਦਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਜਥੇਦਾਰ ਬਾਬਾ ਗੁਰਮੇਸ਼ ਸਿੰਘ ਜੀ ਢੋਟੀ ਕਾਰ ਸੇਵਾ ਸਰਿਹਾਲੀ ਵਾਲੇ ਉਹਨਾਂ ਵੱਲੋਂ ਪੁੱਜਦਾ ਹੈ ਮੈਂ ਧੰਨਵਾਦ ਕਰਦਾ ਲਾ ਇਸੇ ਲਈ ਡੁਗਰੀਵਾਲ ਦੀ ਧਰਤੀ ਦਾ ਗੁਰਦਾਸਪੁਰੀ ਆ ਹੁਣ ਦੇਖਾਂਗੇ ਟੱਕਰ ਜਿਹੜੀ ਟੱਚ ਡਬਲ ਤੇ ਪੁਆਇੰਟ ਜਿਹੜਾ ਇਸੇ ਲਈ ਰੇਡਰ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਲੱਦੂ ਵਾਲਿਆ ਫੜਨਾ ਤਾਂ ਆ ਫੜ ਉਹ ਲੱਦੂ ਵਾਲਿਆ ਫੜਨਾ ਤਾਂ ਆ ਫੜ ਲਓ ਮਾਨ ਸਿੰਘ ਡੁਲਟ ਐ ਸਵੇ ਖੇਡ ਮੈਦਾਨ ਚ ਰੇੜਪਾ ਨੂੰ ਵਧਿਆ ਹੋਇਆ ਹੱਕ ਮਾਰੀਆ ਜੱਗੂ ਤਿਆਰ ਖੜਾ ਇੱਕ ਬੇਨਤੀ ਖਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਕੇ ਪਿੱਛੇ ਹਟ ਜਾਓ ਬਾਬਾ ਜੀ ਇੱਧਰ ਪਿਛਲੀ ਸਾਈਡ ਤੋਂ ਸਾਰਾ ਥਾਂ ਖਾਲੀ ਹੈ ਕਿਰਪਾ ਕਰਕੇ ਸਾਰੀ ਜਗ੍ਹਾ ਖਾਲੀ ਬਈ ਸਟੇਜ ਤੋਂ ਅਗਲੀ ਸਾਈਡ ਤੋਂ ਸਾਰਾ ਥਾਂ ਖਾਲੀ ਹੈ ਕਿਰਪਾ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਬਾਬਾ ਜੀ ਜੇ ਆਪਾਂ ਇਦਾਂ ਕੀਤਾ ਤੇ ਫਿਰ ਹੋਰ ਸੰਗਤ ਕੀ ਕਰੂਗੀ ਪਿੱਛੇ ਦੇਖ ਲਓ ਬਾਬਾ ਜੀ ਸਾਰੀ ਜਗ੍ਹਾ ਖਾਲੀ ਗਰਾਊਂਡ ਦੇ ਵਿੱਚ ਸਾਡੀ ਬੇਨਤੀ ਨੂੰ ਪ੍ਰਵਾਨ ਕਰਿਓ
ਤੁਹਾਡੇ ਨਾਲ ਗਰਾਊਂਡ ਦੇ ਵਿੱਚ ਖੜੇ ਆ ਜੇ ਚੈਨ ਇਹਨੂੰ ਆ ਗਈ ਫਿਰ ਵੀ ਆਪਾਂ ਪਿੱਛੇ ਹਟਣਾ ਹੱਥ ਜੋੜ ਕੇ ਬਿਣਦੀ ਆ ਪਿੱਛੇ ਹਟ ਜਾਓ ਯਾਰ ਥੋੜਾ ਥੋੜਾ ਐ ਨਾ ਕਰੋ ਨਾ ਇਸੇ ਲਈ ਜੱਗਾ ਤਗੜਾ ਭਣ ਜੁੜ ਗਿਆ ਤਰਸੇਮ ਸਿੰਘ ਮਾਲਾ ਮਾਲਾ ਬੈਰੀਗੇਡ ਦਾ ਨਾਮ ਵੱਡਾ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਕਿਰਪਾ ਸਦਕਾ ਸੰਤ ਮਹਾਂਪੁਰਸ਼ ਬਾਬਾ ਸੋਹਣ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਔਰ ਮਜੈਲ ਟੀਵੀ ਦਾ ਨਾਮ ਵੱਡਾ ਹੈ ਜਿਹੜੇ ਚੈਨਲ ਦੇ ਜ਼ਰੀਏ ਅੱਜ ਦਾ ਵੱਡਾ ਮੇਲਾ ਵਿਸ਼ਵ ਦੇ ਕੋਨੇ ਕੋਨੇ ਦੇ ਵਿੱਚ ਸੋਹਣ ਸਿੰਘ ਪਿੰਡ ਨੂੰ ਦਿਖਾ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਲਾਈਵ 24 ਪੰਜਾਬ 7 ਟੀਵੀ ਵਾਲੇ ਵੀਰਾਂ ਦਾ ਉਹ ਲੱਡੂ ਵਾਲਾ ਏ ਉਹ ਤਰਸਣਾ ਕਰਦਾ ਰੇਡਰਾਂ ਉੱਤੇ ਫੜ ਕੰਡੇ ਮੰਗ ਤੋਲੇ ਉਹ ਖੇਮ ਕਰਨੀਆਂ ਲੱਡੂ ਵਾਲਾ ਹੱਥ ਨਹੀਂ ਪਾਉਂਦਾ ਪੋਲੇ ਹੱਥ ਨਹੀਂ ਪਾਉਂਦਾ ਪੋਲੇ ਲੱਡੂ ਵਾਲਿਆ ਤਿੰਨ ਹੋ ਗਏ ਪ੍ਰੀਤ ਪ੍ਰੀਤ ਸੱਚ ਬੋਲਦਾ ਕਹਿੰਦਾ ਸੋ ਗਿਆ ਅਜੇ ਇੱਕ ਬਾਕੀ ਜਿਹੜਾ 500 ਰੁਪਈਆ ਸਾਹਿਬ ਟੱਲੋਂ ਡਾਲ ਔਲਖਣਾ ਲਾਇਆ ਸਰਵਣ ਔਲਖਣਾ ਲਾਇਆ ਜਿਹੜੇ 27 ਤਰੀਕ ਨੂੰ ਸੱਦੇ ਦਿੰਦੇ ਹੈ ਲਓ ਖੇਡ ਮੈਦਾਨ ਚ ਕਹਿੰਦੇ ਸਿਰੇ ਦੀ ਟੱਕਰ ਹੈ ਗੱਭਰੂ ਕਹਿੰਦੇ ਕੌਣ ਇੱਥੇ ਰੱਖ ਸੁੱਗਾ ਸਾਹਿਬ ਨੇ ਰੱਬੋ ਦਾ ਨਾਮ ਦਿੱਤਾ ਉਹ ਰੱਬੋ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਹੋ ਕਰਾ ਤਾੜੀ ਮਾਰ ਕੇ ਦੱਸੋ ਇਹ 16 ਵਾਲਾ ਰੱਬੋ ਹੈ ਉਹਦੇ ਰਣਜੋਤ ਸਿੰਘ ਜੀ ਢੱਲੋਂ ਢੱਲੋਂ ਮੱਕੀ ਚਾਰ ਮਸ਼ੀਨ ਵਾਲੇ ਕਹਿੰਦੇ ਮੱਕੀ ਉੱਤਮ ਕੁਆਲਿਟੀ ਦੀ ਸਾਈਜ਼ ਬਣਾਉਣ ਲਈ ਸੰਪਰਕ ਕਰੋ ਮਾਡਲ ਕਲਾਸ ਕੰਪਨੀ ਦੀ ਜਿਹੜੀ ਮਸ਼ੀਨ ਲੈ ਕੇ ਸਾਡੇ ਭਰਾ ਢੱਲੋਂ 4 ਦੀ ਮਸ਼ੀਨ ਲਿਆਂਦੀ ਪਰ 2 ਨੰਬਰ ਤੋਂ ਜੈਦੀਪ ਕਹਿੰਦੇ ਉਹ ਪੁੱਤਰ ਪੈਂਕੇ ਪਿੰਡ ਵਾਲਾ ਇਹ ਬਾਜੂ ਦਾ ਗਵਾਂਢੀ ਇਹ ਬਾਜੂ ਦਾ ਪਿੰਡ ਜੀ ਦੂਸਰੀ ਸਾਈਡ ਤੇ ਕਹਿੰਦੇ ਸਾਹਿਬ ਵਾਲਾ ਜਿਵੇਂ ਸੁੱਗਾ ਸਾਹਿਬ ਪਹਿਲਾਂ ਗੱਲ ਕਰ ਦਿੰਦੇ ਮੁੰਡਾ ਇੰਜ ਟੱਕੀ ਆਉਂਦਾ ਜਿਵੇਂ ਤੇਜਾ ਸਿੰਘ ਭੂਤਨੀ ਧੱਕਦਾ ਹੁੰਦਾ ਹੈ ਉਹ ਜਿਵੇਂ ਤੇਜਾ ਸਿੰਘ ਭੂਤਨੀ ਧੱਕਦਾ ਹੁੰਦਾ ਹੈ ਤੇਜਾ ਸਿੰਘ ਰੇਲ ਗੱਡੀ ਦੇ ਇੰਜਨ ਨੂੰ ਆਖਿਆ ਜਾਂਦਾ ਹੈ ਉਹ ਸਾਹਬਾ ਨੌਜਵਾਨ ਏਦਾਂ ਧੱਕੀ ਫਿਰਦਾ ਹੈ ਤਾਂ ਉਹ ਸਾਹਮਣੇ ਇਸ ਵੇਲੇ ਬੱਲੋ ਵਾਲੀਆ ਹੁਸ਼ਿਆਰਪੁਰੀਆ ਤੇ ਟੱਕਰ ਏ ਬੱਲੇ ਬੱਲੇ ਨਹੀਂ ਹੋ ਰੀਸਾ ਨੰਬਰ ਜਿਹੜਾ ਇਸ ਵੇਲੇ ਬੱਲੋ ਵਾਲੀਆ ਉਹ ਅਕਸ਼ਰ ਨਹੀਂ ਵੱਜਦੇ ਯਾਰ ਬੱਲੋ ਵਾਲੀਆ ਇੱਕ ਰਾ ਮਾਰ ਕੇ ਸੰਗਤ ਨੂੰ ਖੁਸ਼ ਕਰਦੇ ਸਵੇਰ ਤੋਂ ਫੋਨ ਬੜੇ ਆਇਆ ਕਿ ਬੱਲੋ ਵਾਲੀਆ ਹਾਣੀ ਪੰਡਤ ਆਵੇਗਾ ਇੱਕ ਰਾਕਸ਼ਨ ਮਾਰ ਕੇ ਮਨ ਖੁਸ਼ ਕਰਦੇ ਸੰਗਤ ਦਾ ਲਓ ਦਿਆਲਪੁਰੀਆ ਕਹਿੰਦੇ ਕਰਨ ਤਿਆਰ ਹੈ ਲੱਦੂ ਵਾਲਿਆ ਲਾ ਤੀਜਾ ਉਹ ਤੱਕ ਦੇ ਖੇਡ ਮੈਦਾਨ ਚ ਕਰਨ ਦਿਆਲਪੁਰੀਏ ਦੀ ਰੇਡ ਪਈ ਹੋਈ ਹੈ 4 ਤਿਆਰ ਹੈ ਫਰੰਦੀਪੁਰੀਏ ਦਾ 1 ਪਰ 2 ਨੰਬਰ ਤੋਂ ਕਹਿੰਦੇ ਹੱਕ ਵਾਲੀਆ ਯੱਗੂ ਸਰਬ ਗੋਟੀਆ ਸੁੱਖਾ ਨਹੀਂ ਮੰਨਦਾ ਕਹਿੰਦਾ ਜਿਹੜਾ ਪੈਂਡ ਹੈ ਇਸ ਸਮੇਂ ਕਹਿੰਦੇ ਧਾਵੀ ਰੇਸੇ ਜੋੜਦਾ ਹੈ ਕਿ ਦੋਰੇ ਕਰ ਕਰ ਸੁੱਟੇ ਪੁੱਠੀ ਕਰਦੇ ਚਾਲ ਕਬੱਡੀ ਦਾ ਰੈਂਬੋ ਜਾਫੀ ਜੱਗੂ ਹਾ ਕਮਾਲ ਪਰ ਸਾਹਮਣੇ ਦੇਖਾਂਗੇ ਸਰਬ ਗੋਟੀਆ ਨੰਬਰ ਜ਼ਰੂਰ ਦੱਸਿਓ ਜਾਂ ਹੋਲਡ ਪੁਆਇੰਟ ਰੇਡਰ ਦਾ ਰੇਡਰ ਦੇ ਖਾਤੇ ਜੁੜਿਆ ਲਓ ਸਾਹਮਣੇ ਆਓ ਗੁਰਲਾਲ ਗੁਰਲਾਲ ਕਬੱਡੀ ਭਾ ਹੈ ਗੁਰਲਾਲ ਦੀ ਪਾਈ ਹੋਈ ਕਬੱਡੀ ਹੈ ਕਿ ਅਸੀਂ ਭੁੱਲਦੇ ਨਹੀਂ ਕਦੇ ਵੀ ਅਸਾਨ ਉਹਨਾਂ ਦੇ ਜਿਨ੍ਹਾਂ ਸਾਨੂੰ ਮੋਢਿਆਂ ਦੇ ਉੱਤੇ ਚੱਕਿਆ ਜਿਹੜੇ ਸਾਨੂੰ ਅੱਖਾਂ ਕੱਢ ਕੱਢ ਲੰਘਦੇ ਅਸੀਂ ਉਹਨਾਂ ਦਾ ਵੀ ਪੂਰਾ ਹੀ ਹਿਸਾਬ ਰੱਖਿਆ ਜਿਹੜੇ ਸਾਨੂੰ ਅੱਖਾਂ ਕੱਢ ਕੱਢ ਲੰਘਦੇ ਅਸੀਂ ਉਹਨਾਂ ਦਾ ਵੀ ਪੂਰਾ ਪੂਰਾ ਹਿਸਾਬ ਰੱਖਿਆ ਇਹ ਕੌਣ ਆ ਜਿਹਨੇ ਕਹਿੰਦੇ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਾਈ ਹੈ ਕਹਿੰਦੇ ਕਾਸ਼ ਸੁਰ ਸਿੰਘਿਆ 855 ਮਾਨ ਸਨਮਾਨ ਵਜੋਂ ਮਿਲਿਆ ਉਧਰ ਦਲਪੰਥ ਢਾਲਸਰ ਸ੍ਰੀਮਾਨ ਸੰਤ ਬਾਬਾ ਚਤਰ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਵੱਡਾ ਮਾਨ ਸਨਮਾਨ ਉਹਨਾਂ ਨੇ ਪੁੱਜਦਾ ਕੀਤਾ ਲਓ ਤੱਕਦੇ ਕਹਿੰਦੇ ਭੀਮ ਸੁਰ ਸਿੰਘਿਆ ਰੇਡ ਪਾਉਣ ਨੂੰ ਵਧਿਆ ਹੋਇਆ ਆਓ 4 ਤਿਆਰ ਹੈ ਲੱਦੂ ਵਾਲਿਆ ਫਰਖਾਂ ਤਿਆਰੀ ਭਰਾ ਕਹਿੰਦੇ ਫਰੰਦੀਪੁਰੀਆ ਆਓ ਫਰੰਦੀਪੁਰੀਆ ਬਈ ਏਡੇ ਮੱਲ ਤੋਂ ਪੁਆਇੰਟ ਪ੍ਰਾਪਤ ਕਰਨਾ ਕੋਈ ਸੌਖੀ ਗੱਲ ਨਹੀਂ ਜਿਹਨੇ ਜਿਹਨੂੰ ਭੀਮ ਦੀ ਖੇਡ ਵਧੀਆ ਲੱਗਦੀ ਤਾੜੀਆਂ ਮਾਰ ਦੋ ਜ਼ੋਰਦਾਰ ਵਾਹ ਵੀ ਨੌਜਵਾਨਾਂ ਕਿ ਕਹਿੰਦੇ ਉੱਤੋਂ ਉੱਤੋਂ ਚੰਗਾ ਦਿਲੋਂ ਸੜਦੇ ਆ ਲੋਕੀ
ਸਾਨੂੰ ਦੇਖਣਾ ਨਹੀਂ ਚਾਹੁੰਦੇ, ਸਾਡੀ ਕਰਦੇ ਆ ਕਾਪੀ, ਸਾਨੂੰ ਦੇਖਣਾ ਸਾਡੀ ਕਰਦੇ ਆ ਕਾਪੀ। ਆ ਮਨੀਲਾ ਤੋਂ ਆਇਆ, ਆ ਮਨੀਲਾ ਤੋਂ ਆਇਆ, ਆ ਮਨੀਲਾ ਤੋਂ ਆਇਆ ਜਿਹਨੇ ਸਰਾ ਕਰਵਾਇਆ, ਆ ਮਨੀਲਾ ਤੋਂ ਆਇਆ ਜਿਹਨੇ ਸਰਾ ਕਰਵਾਇਆ, ਸੋਰ ਸਿੰਘ ਪਿੰਡ ਤੇ ਸਾਬਾ ਸਾਬਾ ਕਹਿਣ ਲਾਇਆ, ਜਿਹਦਾ ਸੋਰ ਸਿੰਘ ਪਿੰਡ ਤੇ ਸਾਬਾ ਸਾਬਾ ਕਹਿਣ ਲਾਇਆ। ਇਹਨੇ ਕੀ ਕਹਿਣ ਲਾਇਆ? ਬਗੀਚਾ ਕੁਸ਼ਰ ਕਹਿੰਦੇ ਸਾਡਾ ਵੀਰ ਮਾਣ ਕਰਦਾ, ਆ ਮੁੰਡਾ ਕਹਿੰਦੇ ਤੱਕਦੇ ਅੰਮ੍ਰਿਤਪਾਲ ਸਿੰਘ ਸੁਰ ਸਿੰਘਿਆ, ਕਵੀਸ਼ਰੀ ਜਥੇ ਵਿੱਚ ਵੱਡਾ ਨਾਮ ਸੁਰ ਸਿੰਘ ਦਾ, ਪਹਿਲਵਾਨੀ ਵਿੱਚ ਵੱਡਾ ਨਾਮ ਸੁਰ ਸਿੰਘ ਦਾ। ਜੇ ਗੁਰਸੇਵਕ ਚੀਲੇ ਦੀ ਗੱਲ ਕਰਦੇ ਹਾਂ, ਰੁਸਤਮੇ ਲਾਹੌਰ ਦਾ ਮਾਣ ਹਾਸਲ ਕੀਤਾ, ਭਰਾ ਕਹਿੰਦੇ ਸੁਰ ਸਿੰਘਿਆ ਅੰਮ੍ਰਿਤਪਾਲ ਸਿੰਘ, ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜ ਗਿਆ, ਪੁਆਇੰਟ ਕਹਿੰਦੇ ਰਵੀ ਸ਼ੇਰ ਦਾ ਪੁੱਤਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਗੁਰਜੰਟ ਜੰਟੀ ਮਾਣ ਕਰਦਾ ਮੁੰਡੇ ਦੀ ਖੇਡ ਤੇ, ਲਾਲੀ ਸਿੱਧੂ ਹੁਣੀ ਮਾਣ ਕਰਦੇ ਹੈ, ਬੈਂਕੇ ਪਿੰਡਲਾ ਬਾਜੂ ਮਾਣ ਕਰਦਾ, ਪਰ 16 ਦਾ ਗਰਲਾਲ ਇਸ ਵੇ ਖੇਡ ਮੈਦਾਨ ਦੇ ਵਿੱਚ ਆ ਸਾਲ ਕੈਨੇਡਾ ਦੇ ਸਰੀ ਦੇ ਖੇਡ ਮੈਦਾਨਾਂ 'ਚ ਖੇਡੇਗਾ, ਇਹ ਟਰਾਂਟੋ ਦੇ ਵਿੱਚ ਖੇਡੇਗਾ। ਕੈਨੇਡਾ ਦਾ ਪੂਰਾ 10 ਸਾਲ ਦਾ ਵੀਜ਼ਾ ਚੱਕੀ ਫਿਰਦਾ, ਉਹ 16 ਦੇ ਗਰਲਾਲ ਦੀ ਰੇਡ ਪਈ ਹੋਈ ਹੈ। ਸੰਧਵਾਂ ਵਾਲਿਆ, ਸੰਧਵਾਂ ਵਾਲਿਆ, ਸੰਧਵਾਂ ਵਾਲਿਆ, ਮੁੰਡੇ ਨੇ ਭੱਜ ਜਾਣਾ, ਸੰਧਵਾਂ ਵਾਲਿਆ। 16 ਵਾਲਾ ਗਿਆ, ਆਹ 16 ਵਾਲਾ ਗਿਆ, 16 ਵਾਲਾ ਗਿਆ ਤੇ ਦਵਰਜੀ ਵਾਲਾ ਦੀਪ ਆ ਗਿਆ, ਉਹ ਦਵਰਜੀ ਵਾਲਾ ਦੀਪ ਆ ਗਿਆ। ਜੇਕਰ ਗੋਪੀ ਦੇ ਨਾਲ ਟੱਕਰ ਹੋ ਜਾਵੇ ਇੰਦਰਾ, ਫਿਰ ਦਰਸ਼ਕਾਂ ਨੇ ਸਵਾਦ ਲੈਣਾ, ਦਰਸ਼ਕਾਂ ਨੇ ਭੰਗੜੇ ਪਾਉਣੇ, ਫਰੰਦੀਪੁਰੀਆਂ ਲੱਗ ਟੁੱਟ ਕੇ, ਜਾਂ ਕਹਿੰਦੇ ਜੱਗੂ ਨੂੰ ਉਹ ਹਾਕਮ ਬੱਲੇ ਉਹ ਬੱਲੇ, ਵੱਡੇ ਵੱਡੇ ਮੱਲ ਭਿੜਦੇ ਆ ਸੁਰ ਸਿੰਘ ਦੇ ਵਿੱਚ। ਕਹਿੰਦੇ ਕਬੱਡੀ ਦਾ ਕਬੱਡੀ ਦਾ ਕਹਿੰਦਾ ਤਾਂ ਉਹ ਸਾਹਮਣੇ ਇਸ ਵੇਲੇ ਦੇਖ ਕੇ ਕਬੱਡੀ ਪਾ ਰਿਹਾ, ਪੰਡ ਦੀ ਪਾਈ ਹੋਈ ਕਬੱਡੀ ਹੈ। ਇਹ ਦਾਸੀਆਂ ਨੂੰ ਠੋਕ ਕੇ ਜਵਾਬ ਦੇਣਾ ਸਿੱਖ, ਉਹ ਤੂੰ ਕਾਤਲਾਂ ਨੂੰ ਅੱਗਿਓਂ ਗੁਲਾਬ ਦੇਣਾ ਸਿੱਖ, ਪਹਿਲਾਂ ਕਾਫੀ ਹੋਰ ਕੱਦ ਬੰਦਾ ਆਓ। ਪੁਆਇੰਟ ਕਹਿੰਦੇ ਧਾਵੀ ਦਾ ਮਨ ਸਿੰਘ ਦੁਲਟ ਆ ਗਿਆ। ਉਧਰ ਬਹੁਤ ਵੱਡਾ ਧੰਨਵਾਦ ਹੈ ਬਾਬਾ ਜੋਗਾ ਸਿੰਘ ਜੀ ਤਰਨਾ ਦਲ, ਬਾਬਾ ਕਾਲਾ ਸਾਹਿਬ ਵਾਲੇ ਪੁੱਜੇ ਹੋਏ ਆ, ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਪੁੱਜੇ, ਦਿਲੋਂ ਧੰਨਵਾਦ ਕਰਦੇ ਆ। ਬਾਬਾ ਬਲਿੰਦਰ ਸਿੰਘ ਜੀ ਚੌਂਕ ਮਹਿਤਾ ਸਾਹਿਬ ਵਾਲੇ ਪੁੱਜੇ ਹੈ, ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਦਿਲੋਂ ਧੰਨਵਾਦ ਹੈ, ਤੇ ਬਾਬਾ ਜੋਗਾ ਸਿੰਘ ਜੀ ਦਰਾਜਕਾਂ ਵਾਲੇ, ਇਹਨਾਂ ਮਹਾਂਪੁਰਖਾਂ ਦਾ ਦਿਲੋਂ ਧੰਨਵਾਦ ਹੈ। ਔਰ ਜਿੰਨੀਆਂ ਵੀ ਦਲ ਪੰਥ ਦੇ ਮੁਖੀ ਪੁੱਜੇ ਹੈ, ਬਾਬਾ ਸ਼ਿੰਦਾ ਸਿੰਘ ਜੀ ਭਿੱਖੀ ਪਿੰਡ ਵਾਲੇ, ਉਹਨਾਂ ਦਾ ਧੰਨਵਾਦ ਹੈ। ਬਾਬਾ ਸਤਨਾਮ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਬਾਬਾ ਸੁਰਜੀਤ ਸਿੰਘ ਜੀ ਕੈਰੋ ਵਾਲੇ, ਗਿਆਨੀ ਮਲਕੀਤ ਸਿੰਘ ਜੀ ਕਾਲਥਕ ਸਾਹਿਬ ਹੈੱਡ ਗ੍ਰੰਥੀ ਪੁੱਜੇ, ਦਿਲੋਂ ਧੰਨਵਾਦ ਹੈ। ਆਹ ਛੋਟਿਆਂ ਵੀਰਾਂ ਚੱਕ ਮੈਗ ਤੇ ਛੇੜ ਕਹਾਣੀ ਲਓ। ਕਹਿੰਦੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਕਿ ਜਿੰਨਾ ਮੈਨੂੰ ਹੱਥੀ ਛਾਵਾਂ ਕੀਤੀਆਂ ਡਿੱਗਦੇ ਦੀ ਫੜੀ ਮੇਰੀ ਬਾਹ, ਮੇਰੇ ਕੋਲ ਕੀ ਆ ਮੇਰੇ ਮਾਲਕਾ ਤੇਰੀ ਦੁਨੀਆਂ ਦਿੱਤਾ ਨਾ ਹੈ। ਲੈ ਵੀ ਸੌਣ ਵਾਲਾ ਥੋੜੀ ਆਵਾਜ਼ ਖੋਲ ਦੇ ਵੱਡੇ ਭਾਈ, ਬਹੁਤ ਧੰਨਵਾਦ ਮੇਰੇ ਭਰਾ। ਉਧਰਲੇ ਪਾਸੇ ਸ੍ਰੀ ਮਾਨ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਅਮਰੀਕਾ ਤੋਂ ਕਹਿੰਦੇ ਪਿਛਲੇ ਦਿਨ ਹੀ ਪੁੱਜੇ ਤੇ ਵੱਡਾ ਮਾਣ ਦਿੱਤਾ ਸਿੱਖ ਕੌਮ ਨੂੰ, ਸਾਡੀ ਮਾਂ ਖੇਡ ਕਬੱਡੀ ਨੂੰ। ਬਾਬਾ ਪ੍ਰੇਮ ਸਿੰਘ ਜੀ, ਬਾਬਾ ਜੀ ਦੇ ਸਪੁੱਤਰ ਨੇ ਬਾਬਾ ਚਰਨਜੀਤ ਸਿੰਘ ਜੀ, ਔਰ ਸਤਿਕਾਰ ਕਰਾਂਗੇ ਮਹਾਂਪੁਰਸ਼ਾਂ ਦਾ। ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ, ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਦੀ ਵੱਡੀ ਦੇਣ ਸਮਾਜ ਨੂੰ। ਸੱਚਖੰਡ ਵਾਸੀ ਬਾਬਾ ਸੋਹਣ ਸਿੰਘ ਜੀ, ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਦਾ ਵੱਡਾ ਅਦਬ ਵੱਡਾ ਸਤਿਕਾਰ ਆ। ਮੀਰੀ ਪੀਰ ਦੇ ਮਾਲਕ ਦੇ ਚਰ ਪਾਉਣ ਦੀ ਖੁਸ਼ੀ 'ਚ ਵੱਡਾ ਕਹਿੰਦੇ ਕੀੜੀ ਫਗਾਨੇ ਵਾਲਾ ਰੇਡ ਪਾਉਣ ਨੂੰ ਵਧਿਆ ਹੈ। ਲੱਦੂ ਵਾਲਾ ਇੱਕ ਬਾਕੀ ਹੈ, ਫੜਖਾਂ ਤਿਆਰੀ ਫਰੰਦੀਪੁਰੀਆ, ਤੇਰਾ ਵੀ ਇੱਕ ਬਾਕੀ ਹੈ। ਭਰਾ ਕਹਿੰਦੇ ਲੋਧੀ, ਆਹ ਲੋਧੀ ਜਗਦੇਵ ਕਲਾਂ ਵਾਲਾ, ਤੱਕਦੇ ਕਬੱਡੀ ਦੇ ਖੇਡ ਮੈਦਾਨ ਅੰਦਰੋਂ ਕੀੜੀ ਫਗਾਨੇ ਦਾ ਸਾਹ।
ਉਹ ਤਾੜੀ ਮਾਰ ਦੋ ਜ਼ੋਰ ਦੇ ਨਾਲ ਇੱਕ ਜਿਹਨੂੰ ਜਿਹਨੂੰ ਜਫਾ ਵਧੀਆ ਲੱਗਾ। ਮੁੰਡੇ ਨੇ ਕਹਿੰਦੇ ਜਫਾ ਲਾ ਕੇ ਕਮਾਲ ਕੀਤੀ ਹੋਈ ਹੈ ਡਾਕਟਰ ਰਾਮ, ਦੇਖ ਫਰਮ ਦੀ ਹਣੀ ਆ ਗਿਆ ਪੰਡਿਤ ਮੇਰੇ ਪੰਜਾਬੀ ਦੇ ਚਾਰ ਨੇ ਹਣੀ ਦੀ ਪਈ ਰੇਤ ਆ ਕੇ ਬਟਾ ਕੇ ਮੇਲਾ ਬਣ ਗਿਆ। ਓ ਕਾਜ ਬੱਲੇ 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 ਮੇਲਾ ਮੇਲਾ ਸਰਸਗਰੀ ਧਰਤੀ ਦੇ ਉਹ ਥਾਪੀ ਵੱਜ ਗਈ ਕੇ ਜੋਰ ਬਣਾ ਪੱਟਾ ਨੇ ਥਾਪੀ ਵੱਜੀ। ਇਹ ਅਕਸ਼ਰ ਵੇਖਣਾ ਚਾਹੁੰਦੇ ਸੀ ਨਹੀਂ ਰੁਤਬਾ ਮੂਸੇ ਵਾਲੇ ਦਾ, ਮਾਝੇ ਵਾਲੇ ਇਹੋ ਅਕਸ਼ਰ ਵੇਖਣਾ ਚਾਹੁੰਦੇ ਸੀ। ਆਹ ਮਾਝੇ ਵਾਲੇ ਇਹੋ ਅਕਸ਼ਰ ਵੇਖਣਾ ਚਾਹੁੰਦੇ ਸੀ। ਫਰੰਦੀ ਬੁਰੀਆ ਫੜ ਖੜ ਤਿਆਰੀ, ਆਹ ਦਿਆਲ ਬੁਰੀਆ ਕਰਨ ਆਇਆ ਹੋਇਆ। ਇੱਕ ਨੀ ਤੇ ਕਹਿੰਦੇ ਲੱਦੂ ਵਾਲੇ ਪ੍ਰੀਤ ਨੇ ਮੱਲੀ ਹੋਈ ਹੈ, ਆਹ ਕਹਿੰਦੇ ਸਰਦੂਲ ਸਿੰਘ ਮੱਲੀ ਦਾ ਲਖਤੇ ਜਿਗਰ, ਆਹ ਹਿਮਾਲਿਆ ਪਰਬਤ ਕਬੱਡੀ ਦੇ ਖੇਡ ਮੈਦਾਨ ਅੰਦਰ, ਪਰ ਦਿਆਲ ਬੁਰੀਆ ਕਰ ਸੰਗਤ ਨੂੰ ਬੇਨਤੀ ਸੰਗਤ ਜੀ ਥੋੜ੍ਹੇ ਦਿਨ ਪਿੱਛੇ ਹੋ ਜਾਓ, ਬੇਨਤੀ ਪਿੱਛੇ ਹੋ ਜਾਓ, ਬੇਨਤੀ ਹੈ ਮਹਾਂਪੁਰਚਲ ਥੋੜ੍ਹੇ ਦਿਨ ਪਿੱਛੇ ਹੋ ਜਾਓ। ਮੇਲਾ ਚੋਟੀ ਦਾ ਚੱਲ ਰਿਹਾ, ਉਹ ਸੋਹਣੇ ਦੇ ਗਰਨਾਲ ਦੀ ਪਈ ਰੇਡ, ਮਾਣ ਕਰਦਾ ਨੀਟੂ ਕੰਗ ਇੰਦਰ ਜੀ ਰੂਮੀ ਹੋਣੀ, ਉਹ ਪਈ ਰੇਡ ਸੋਹਣੇ ਦੇ ਗਰਨਾਲ ਦੀ ਪੈ ਗਏ ਪਟਾਕੇ। ਉਧਰਲੇ ਪਾਸੇ ਬਾਜੂ ਬਾਜੂ ਬਈ ਕਿਹੜਾ ਬਾਜੂ, ਗਰਜੰਟ ਜੰਟੀ ਨੂੰ ਮਾਣ ਆ ਮੇਰੇ ਪੰਜਾਬੀ ਵੀਰ, ਸਾਡਾ ਗਰਜੰਟ ਭਾਈ ਆ। ਜਹੇਦਾਰ ਜੀ ਕੋਈ ਨੀ ਮੰਨਦਾ, ਬਾਹਲੇ ਤਰਲੇ ਮਾਰੇ ਆ, ਆ ਗੁਰੂ ਦੀ ਫੌਜ ਹੀ ਨੀ ਪਿੱਛੇ ਅੜਦੀ, ਬਾਹਲੇ ਤਰਲੇ ਮਾਰੇ ਆ। ਲਓ ਕਹਿੰਦੇ ਭੀਮ ਇਸ ਸਮੇਂ ਸੁਰ ਸਿੰਘਿਆ ਰੇਡ ਪਾਉਣ ਨੂੰ ਵਧਿਆ ਹੋਇਆ, ਚਾਰ ਤਿਆਰ ਖੜੇ ਆ, ਹਾਕਮ ਵਾਲੀਆ ਜੱਗੂ ਤਿਆਰ ਹੈ, ਇੱਕ ਨੀ ਤੇ ਲੱਦੂ ਵਾਲਾ ਪ੍ਰੀਤ, ਦੋ ਨੰਬਰ ਤੋਂ ਕਹਿੰਦੇ ਲੋਧੀ ਜਗਦੇਵ ਕਲਾਂ ਵਾਲਾ, ਆਹ ਲੋਧੀ ਤੇ ਭੀਮ ਤੇ ਲੋਧੀ, ਲੋਧੀ ਤੇ ਭੀਮ, ਆਹ ਭੀਮ ਤੇ ਲੋਧੀ, ਆਹ ਲੋਧੀ ਤੇ ਭੀਮ। ਸੰਗਰ ਜੀ ਚੋਟੀ ਦਾ ਤਾੜੀ ਮਾਰ ਦੋ ਖੁੱਲ ਕੇ, ਇਹ ਆ ਕਹਿੰਦੇ ਲੋਧੀ ਬੜਾ ਤਗੜਾ ਜਾਫੀ ਆ। ਓ ਮਾਝਾ ਨਾ ਚੁੱਟਿਆ ਮਾਝੇ ਵਾਲੇ ਉਹਦਾ ਸਵਾਦ, ਓ ਨਜ਼ਾਰੇ ਬੱਜੇ ਪਏ ਸਾਬਿਆ ਸਾਬਿਆ, ਉਹਨਾਂ ਨੇ ਢਾਡਾ ਫੜ ਲਿਆ ਸਵਾਦ, ਤਾਂ ਉਹਦਾ ਕਹਦੇ ਸੰਧਵਾਂ ਵਾਲੇ ਗੋਲੇ ਨੂੰ, ਓ ਕਹਦੇ ਸੰਧਵਾਂ ਵਾਲੇ ਨੂੰ। ਤੱਕ ਦੇ ਕਬੱਡੀ ਦੇ ਖੇਡ ਮੈਦਾਨ ਅੰਦਰ ਚਾਰ ਤਿਆਰ ਹੈ, ਇਹ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ, ਸਾਬਾ ਤੇ ਜੱਗਾ, ਓ ਜੱਗਾ ਤੇ ਮਨੀਲਾ ਵਾਲਾ, ਓ ਮਨੀਲਾ ਵਾਲਾ ਤੇ ਜੱਗਾ। ਉਧਰਲੇ ਪਾਸੇ ਪੱਪੂ ਜੀ ਮਨਸੂਬ ਦੇਵੇ ਤੋਂ ਵੱਡੇ ਪਿਆਰ ਵੱਡੇ ਸ਼ੀਰ ਵਾਲੇ ਨਾਲ ਬੋਲਾਂ ਨਹੀਂ ਪੁੱਛਦੇ ਕਰਦੇ ਆ, ਓ ਰੇਡ ਪੈ ਰਹੀ ਫਿਰ ਮੈਂਬਾ ਆ ਗਿਆ, ਇਹ ਖੇਡੂ ਸਾਲ ਕਨੇਡਾ ਮੇਰੇ ਵੀਰੋ ਨੈਸ਼ਨਲ ਕਬੱਡੀ ਪਿੰਦਰ ਸੇਠ, ਮਾਣ ਕਰਦਾ ਛੰਦਾ ਚਲ ਗਿਆ, ਉਹ ਮੁੰਡਾ ਕਹਿੰਦੇ ਚੋਟੀ ਦਾ ਮੱਲ ਸਟੈਮ ਦਾ ਵੇਖ ਬਾਈ ਗਰਜੰਟ, ਉਹ ਬੱਲੇ ਬੱਲੇ ਹੋਈ ਜਾਂਦੀ ਹਾਕਮ ਵਾਲੀ ਜੱਗੂ, ਇਹ ਵੀ ਕਹਿੰਦੇ ਸਿਰੇ ਦਾ ਜਾਫੀ ਵੀ ਖੇਡੂ ਨੈਸ਼ਨਲ ਕਬੱਡੀ ਐਸ਼ਨ ਦੇ ਪਿੰਦਰ ਸੇਠ। ਸੰਗਤਾਂ ਨੂੰ ਬੇਨਤੀ ਥੋੜ੍ਹਾ ਥੋੜ੍ਹਾ ਪਿੱਛੇ ਹੋ ਜਾਓ, ਥੋੜ੍ਹਾ ਥੋੜ੍ਹਾ ਪਿੱਛੇ ਹੋ ਜਾਓ। ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਦੀ ਚੜ੍ਹਦੀ ਗਲੇ ਕੇ ਜਕਾਰਾ ਛੱਡ ਗਏ, ਬੋਲੇ ਸੋਨਿਹਾਲ ਭਾਈ, ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਯਾਰ ਗਰਾਊਂਡ ਕਲੀਅਰ ਕਰ ਦਿਓ, ਪਿਆਰ ਨਾਲ ਯਾਰ ਪਿਆਰ ਨਾਲ ਪਿਆਰ ਨਾਲ। ਸਰਫ ਗੋਟੀਆ ਕੋਈ ਗੱਲ ਨਹੀਂ, ਫਰੰਦੀਪੁਰੀ ਆ ਪਿਆਰ ਨਾਲ ਯਾਰ ਪਿਆਰ ਨਾਲ। ਉਧਰ ਸਿੰਘ ਸਾਹਿਬ ਬਾਬਾ ਬਲਦੇਵ ਸਿੰਘ ਜੀ ਵੱਲਾ, ਸਿੰਘ ਸਾਹਿਬ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ, ਜਥੇਦਾਰ ਬਾਬਾ ਸਤਨਾਮ ਸਿੰਘ ਜੀ ਖਾਪੜ ਖੇੜੀ, ਜਥੇਦਾਰ ਬਲਦੇਵ ਸਿੰਘ ਜੀ ਮਸਤਪੁਰ ਵਾਲੇ ਤੇ ਮਸਤਪੁਰ ਵਾਲੇ ਤੇ ਨਾਲ ਸਾਡੇ ਬਹੁਤ ਸਤਿਕਾਰਯੋਗ ਹਰਜਿੰਦਰ ਸਿੰਘ ਜੀ ਮੁਕਤਸਰ ਸਾਹਿਬ ਵਾਲੇ। ਉਧਰਲੇ ਪਾਸੇ ਬਾਬਾ ਸਤਨਾਮ ਸਿੰਘ ਸੱਚਖੰਡ ਵਾਸੀ ਬਾਬਾ ਲਾਲ ਸਿੰਘ ਜੀ, ਮੌਜੂਦਾ ਜਥੇਦਾਰ ਬਾਬਾ ਸੁਖਪਾਲ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੈ, ਦਿਲੋਂ ਧੰਨਵਾਦ ਹੈ ਪਿਆਰ ਨਾਲ ਸੁਰ ਸਿੰਘਿਆ।
ਪ੍ਰਤਾਪ ਪਿਆਰ ਨਾਲ ਯਾਰ ਬਾਬਾ ਸ਼ਿੰਗਾਰ ਸਿੰਘ ਜੀ ਰੱਤੋ ਗਲੇ ਮਹਾਂਪੁਰਸ਼ਾਂ ਦਾ ਵੀ ਸਤਿਕਾਰ ਕਰਾਂਗੇ। ਕੇਸਰੀ ਚੈਨਲ ਦੇ ਜਰਗੇ ਪੂਰੀ ਦੁਨੀਆ ਜੁੜ ਬੈਠੀ ਔਰ ਨਾਲ ਸਤਿਕਾਰ ਕਰਾਂਗੇ ਵੱਖ ਵੱਖ ਚੈਨਲ ਵਾਲੇ ਵੀਰਾਂ ਦਾ, ਮਜਾਇਲ ਟੀਵੀ ਵਾਲੇ ਭਰਾ ਵੀ ਕਹਿੰਦੇ ਲਾਈਵ ਕਰ ਰਹੇ ਆ, ਸਾਰਿਆਂ ਦਾ ਹੀ ਬਹੁਤ ਧੰਨਵਾਦ ਆ। ਹੁਣ ਗਰਾਊਂਡ ਜਿਹੜਾ ਕਲੀਅਰ ਕਰ ਗਏ ਆਪਾਂ, ਲੈ ਵੀ ਤਾਬੇ ਬਾਈ ਰੇਡ ਪੈ ਗਈ ਮੇਰੇ ਵੀਰੋ ਚਾਰ ਨੇ ਪੈ ਗਈ ਰੇਡ, ਗੁਰਜੀਤ ਮੇਰਾ ਵੀਰ ਸੁਰ ਸਿੰਘ ਆ ਬਹਿਰੀਨ ਤੇ ਗੁਰਤੇਜ ਬਾਈ ਪਿੰਬਰੀਨ ਉਹਨਾਂ ਵੱਲੋਂ ਪੱਟੇ ਮਾਣ ਪੁੱਜੇ, ਦਿਲੋਂ ਧੰਨਵਾਦ ਕਰਦੇ ਆ। ਇੱਥੇ ਰਾਖੋ ਨੌਜਵਾਨਾਂ, ਅੱਜ ਯਾਦ ਕਹਿੰਦੇ ਨੰਗ ਲੰਬੀਆਂ ਦੇ ਸੰਦੀਪ ਨੂੰ ਕੀਤਾ ਜਾ ਰਿਹਾ, ਕਬੱਡੀ ਦੇ ਉਸ ਗਲੈਡੀਏਟਰ ਨੂੰ ਯਾਦ ਕੀਤਾ ਜਾ ਰਿਹਾ, ਚੋਲੇ ਵਾਲੇ ਸੁਖਮਣ ਦੀਆਂ ਯਾਦਾਂ ਸਾਡੇ ਨਾਲ ਹੈ, ਮਹਾਂਵੀਰ ਠਵਾਲ ਦੀਆਂ ਯਾਦਾਂ ਸਾਡੇ ਨਾਲ ਹੈ, ਬਿੱਟੂ ਦਗਾਲ ਦੀਆਂ ਯਾਦਾਂ ਸਾਡੇ ਨਾਲ ਹੈ, ਪਰ ਮਨ ਸਿੰਘ ਬੁਲਟ ਹੈ ਸਵੇ ਖੇਡ ਮੈਦਾਨ ਚ ਰੇੜਪਾ ਨੂੰ ਵਧਿਆ ਹੋਇਆ ਉਹ ਫਰੰਦੀ ਪੁਰੀਆ ਤੇ ਆ ਮੁੰਡਾ ਕਹਿੰਦੇ ਲੱਦੂ ਵਾਲਾ ਪ੍ਰੀਤ ਪ੍ਰੀਤ ਪਰ ਪੁਆਇੰਟ ਕਹਿੰਦੇ ਧਾਵੀ ਦੇ ਸੇ ਜੋਰ ਨੰਬਰ ਕਹਿੰਦੇ ਇਹ ਆ ਕਹਿੰਦੇ ਮਨ ਦੁਲਟ ਗੱਲਾਂ ਵੱਡੀਆਂ ਨੇ ਮੇਰੇ ਵੀਰੋ ਦੜਬੇ ਵਾਲੇ ਖਿਡਾਰੀ ਦੀ। ਚੱਲ ਵੀ ਨੌਜਵਾਨਾਂ ਪਾ ਕਬੱਡੀ ਸੁੱਕੇ ਸਰਬ ਕੋਟਕੇ ਦਾ ਇਸ਼ਾਰਾ ਵੀ ਕਬੱਡੀ ਪਾ, ਦਲਬਾਗ ਸਿੰਘ ਜੀ ਘਰਾਲਾ ਸਾਹਿਬ ਠੱਟਕਣ ਦਾ ਹੀਰਾ, ਬਾਬਾ ਬਲਵਿੰਦਰ ਸਿੰਘ ਜੀ ਪੱਖੋਗੇ ਵਾਲਾਂ ਦੀ ਸਤਿਕਾਰ ਕਰਾਂਗੇ, ਬਾਬਾ ਪ੍ਰਤਾਪ ਸਿੰਘ ਜੀ ਕੋਟ ਪੁੱਡੇ ਵਾਲੇ, ਬਾਬਾ ਪ੍ਰੇਮ ਸਿੰਘ ਜੀ, ਬਾਬਾ ਚਰਜੀਤ ਸਿੰਘ ਜੀ ਪੂਰੇ ਖੁਸ਼ ਨੇ, ਉਹ ਵੱਡੇ ਵੱਡੇ ਮੱਲ ਸੁਰ ਸਿੰਘ ਦੀ ਧਰਤੀ ਦੇ ਪਿੜਦੇ ਆ, ਹਣੀ ਪੰਡ ਦੀ ਪਈ ਹੋਈ ਰੇੜ ਤੇ ਚਾਰ ਨੇ, ਬਾਜੂ ਬੈਂਕਿਆਂ ਵਾਲਾ ਆਕਾਸ਼ ਰਾਜਾ ਪੱਧਰੀ ਤੇ ਨਾਲ ਕਹਿੰਦੇ ਗੱਲਾਂ ਗੋਲਾ ਸੰਧਵਾਂ ਦੀਆਂ ਚੱਲਦੀਆਂ ਮੇਰੇ ਵੀਰਿਓ, ਪਰ ਇੱਧਰ ਪੱਧਰੀ ਲਿਆ ਰਾਜਾ 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 ਤੇ ਹਣੀ ਪੰਡ ਤਾਂ ਇੱਕ ਤਗੜੇ ਪੰਡ ਦਾ ਵਾਧਾ ਕਰਦਾ ਹੋਇਆ ਕਰਨਾ ਕਹਿੰਦੇ ਦਿਆਲਪੁਰੇ ਮਿਰਜੇ ਕੇ ਵਾਲਾ ਰੇਡ ਪਾ ਰਿਹਾ ਚਾਰ ਨੇ ਫਰੰਦੀ ਸਵਰਾਈਆ ਦਲ ਪੰਥ ਬਾਬਾ ਬਿਧੀ ਚੰਦ ਸ਼ੀਨਾ ਪਾਲਕੀ ਸਾਹਿਬ ਦੇ ਨਾਲ ਸੇਵਾ ਨਿਭਾ ਰਿਹਾ, ਦਿਲੋਂ ਧੰਨਵਾਦ ਹੈ। ਲਓ ਦਿਆਲਪੁਰੀਆ ਕਰਨਾ ਹੈ ਫਰੰਦੀ ਹੁਰੀਆ ਫੜਖਾਂ ਤਿਆਰੀ, ਸਾਹਿਬ ਢੱਲੋ ਮਾਲੂਵਾਲ ਕਹਿੰਦਾ, ਦਲਬਾਗ ਢੱਲੋ ਕਹਿੰਦਾ, ਉਹ ਸਾਡਾ ਵੀਰ ਕਹਿੰਦੇ ਸਾਹਿਬ ਢੱਲੋ ਕਹਿੰਦਾ ਵੀ ਆਪਾਂ ਫਰੰਦੀਪੁਰੀਆ ਨੂੰ 500 ਪਰ ਹਾਕਮ ਵਾਲੀ ਆ ਜੱਗੂ ਐਸ ਵੇ ਟਰਾਈ ਕਰਦਾ ਪਰ 65 ਕਹਿੰਦੇ ਧਾਵੀ ਰੇਸੇ ਗਰਲਾਲ ਫੇਰ ਆ ਗਿਆ 16 ਵਾਲੀ ਦੀ ਪਈ ਹੋਈ ਰੇਡ ਰਿੰਟੂ ਸੋਲ ਹੋਣਾ ਨੂੰ ਮਾਣ ਸਰਵਣ ਸੋਲ ਨੂੰ ਆ ਖਿਡਾਰੀ ਰੇਡ ਦੇ ਉੱਪਰ ਬਿੰਦਰ ਸੋਲ ਹੋਣੀ ਭਾਗ ਸੋਲ ਹੋਣੀ ਸ਼ੈਲੀ ਹੋਣੀ ਵੱਡਾ ਮੇਲਾ ਕਰਵਾਉਂਦੇ ਗਰਲਾਲ ਦੀ ਪਈ ਹੋਈ ਰੇਡ ਉਹ ਭੱਜਿਆ ਜਾਂਦਾ ਰਾਣਾ ਸਿੰਘਪੁਰ ਗਿਆ ਮੈਨੂੰ ਸਿਫਤਾ ਕਰਦਾ ਦੋ ਦੋ ਕਬੱਡੀਆਂ ਦਾ ਇਸ਼ਾਰਾ ਹੋ ਚੁੱਕਾ ਫੜਨਾ ਬਾਲਾ ਔਖਾ ਆ 16 ਵਾਲੇ ਨੂੰ ਫੜਨਾ ਕੋਈ ਖਾਲਾ ਜੀ ਦਾ ਵਾੜਾ ਨੀ ਕੋਈ ਖਾਲਾ ਜੀ ਦਾ ਵਾੜਾ ਨੀ ਉਹ ਤੱਕ ਦੇ ਕਬੱਡੀ ਦੇ ਖੇਡ ਮੈਦਾਨ ਅੰਦਰ ਕਹਿੰਦੇ ਭੀਮ ਸੁਰ ਸਿੰਘ ਆ ਰੇਡ ਪਾਉਣ ਨੂੰ ਵਧਿਆ ਹੋਇਆ ਪ੍ਰੀਤ ਇੱਕ ਬਾਕੀ ਹੈ ਪਰ ਆ ਕਹਿੰਦੇ ਜੈ ਦੀਪ ਮੁੱਟਰ ਉਹ ਪੈਂਕੇ ਪਿੰਡ ਲਾ ਜੈ ਦੀਪ ਦੇ ਮਿੰਟੂ ਮਾਣ ਕਰਦਾ ਬੈਂਕੇ ਵਾਲਿਆ ਆਹ ਦੁਨੀਆ ਨਚਾਉਣੀ ਪੈਣੀ ਹੈ ਡੋਗਰੀਵਾਲ ਦੀ ਧਰਤੀ ਦਾ ਪੰਡਤ ਇਸ ਵੇਲੇ ਕਬੱਡੀ ਕਬੱਡੀ ਕਰਦਾ ਕਿਉਂ ਵਧਿਆ ਹੋਇਆ ਜਿਹਨੇ ਗੁਰਦਾਸਪੁਰ ਦਾ ਖਿਡਾਰੀ ਬੈਂਕੇ ਪਿੰਡ ਵਾਲਿਆ ਦਸ ਦੁਨੀਆ ਨੂੰ ਉਹ ਮਾਝੇ ਦਾ ਮਜਾਇਲ ਇੱਕ ਸਾਈਡ ਤੇ ਕੰਨੀ ਨੱਪੀ ਖੜਾ ਨਾਲ ਅਲਗੋ ਕੋਠੀ ਵਾਲਾ ਜੱਗਾ ਉਹ ਮਨੀਲਾ ਤੋਂ ਸਾਬਾ ਪੁੱਜਿਆ ਹੁਣ ਦੇਖਾਂਗੇ ਇਹ ਬੱਲੇ 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 ਉਹ ਅਲਗੋ ਕੋਠੀ ਵਾਲਾ ਜੱਗਾ ਧੰਮਾ ਪਾਈ ਜਾਂਦਾ ਹੈ ਦੁਨੀਆ ਨਚਾਈ ਜਾਂਦਾ ਹੈ ਅਲਗੋ ਕੋਠੀ ਵਾਲਾ ਜੱਗਾ ਧੰਮਾ ਪਾਈ ਜਾਂਦਾ ਹੈ ਖੇਮ ਕਰਨੀਆਂ 500 ਲਾਇਆ ਮਿੰਟੂ ਨੰਬਰਦਾਰ ਨੇ ਉਹ ਸ਼ੀਰੇ ਬਰਾੜ ਨੇ 500 ਲਾਇਆ ਪਰ ਅਲਗੋ ਵਾਲਾ ਕਿ ਸਮਾਂ ਸਮਾਂ ਸਮਰੱਥ ਉਹੀ ਅਰਜਨ ਦੇ ਤੀਰ ਤੇ ਉਹੀ ਅਰਜਨ ਦੇ ਹੱਥ ਜਥੇਦਾਰ ਪ੍ਰਕਾਸ਼ ਸਿੰਘ ਜੀ ਦਲ ਪੰਥ ਬਾਬਾ ਬਿਧੀ ਚੰਦ ਜੀ ਸ਼ੀਨਾ ਗੁਰੂ ਕਾ ਸੀਨਾ ਉਹਨਾਂ ਵੱਲੋਂ ਵੱਡੇ ਮਾਣ ਪੈਰ ਪੁੱਜੇ ਲਓ ਮੀਰਾਂ ਕੋਟੀਆਂ ਰੇਡ ਪਾ ਰਿਹਾ ਫਰੰਦੀ ਪੁਰੀਆ ਤਿਆਰੀ ਫੜ ਲਾ ਉਹ ਲਾਸਟ ਦੀ ਕਬੱਡੀ ਹੈ ਲਾ ਜਫਾ ਦੇ 500 ਆਪਾਂ ਸਾਹਿਬ ਢੱਲੋ ਮਾਲੂਵਾਲ ਤੋਂ ਦਲਬਾਗ ਢੱਲੋ ਨੇ ਉਹ ਸਾਡਾ ਭਰਾ ਕਹਿੰਦੇ ਹਾਕਮ ਵਾਲੀਆ ਜੱਗੂ ਦੂਜੀ ਸਾਈਡ ਤੇ ਮੀਰਾਂ ਕੋਟੀਆਂ ਸ਼ਮਸ਼ੇਰ ਸਿੰਘ ਉਹ ਗੁਰੂ ਦਾ ਖਾਲਸਾ ਦੋ ਸ਼ੇਰ ਭਿੜ ਗਏ ਉਹ ਭਿੜ ਗਏ ਦੋ ਸ਼ੇਰ ਮੀਰਾਂ ਕੋਟੀਆਂ ਨੰਬਰ ਜਿਹੜਾ ਇਸ ਵੇਲੇ
ਰੇਡਰ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਹੈ। ਮੈਚ ਸਮਾਪਤ। ਸਰਦਾਰ ਲਾਸਟ ਇੱਕ ਰੇਡ ਬਾਕੀ ਹੈ ਬਾਈ, ਲਾਸਟ ਇੱਕ ਰੇਡ ਬਾਕੀ, ਕੰਮ ਨਾ ਕਰੋ, ਆ ਕੰਮ ਨਾ ਕਰੋ, ਲਾਸਟ ਇੱਕ ਕੌਡੀ ਬਾਕੀ ਹੈ। ਬੇਨਤੀ ਹੈ ਸਰਬ ਕੋਟੀਆ ਸਾਹਿਬ ਕਰਿਆਲਾ ਸਾਹਿਬ ਜੀ, ਸਮਾਂ ਪਹਿਲਾਂ ਜੀ ਇੱਕ ਕੌਡੀ ਰਹਿੰਦੀ ਬਈ, ਬੇਨਤੀ ਹੈ ਗਰਾਊਂਡ ਕਲੀਅਰ ਰੱਖੀਏ। ਲਓ ਹਣੀ ਸਾਰੇ ਆਓ, ਬੁੱਲੋ ਵਾਲੀਆ ਬੁੱਲੋ ਵਾਲੀਆ ਬਈ, ਗਰਾਊਂਡ ਦੇ ਵਿੱਚ ਕੋਈ ਨਾ ਜਾਵੇ, ਬੇਨਤੀ ਹੈ ਸਾਡੀ ਬਈ, ਹੱਥ ਜੋੜ ਕੇ ਖੇਮ ਕਰਨੀ ਆ। ਹੁਣ ਕਿੰਨੇ ਸੁਣਨੀ ਆ, ਹੁਣ ਕਿੰਨੇ ਸੁਣਨੇ, ਨੱਚਦਾ ਆਉਂਦਾ ਟੱਪਦਾ ਆਉਂਦਾ, ਨੱਚਦਾ ਆਉਂਦਾ ਤੇ ਪੰਡਤਾਂ ਦਾ ਮੁੰਡਾ ਟੱਪਦਾ ਆਉਂਦਾ ਹੈ, ਉਹ ਨੱਚਦਾ ਆਉਂਦਾ ਟੱਪਦਾ ਆਉਂਦਾ ਹੈ। ਸਾਰੇ ਰੈਫਰੀ ਸਾਹਿਬਾਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ। ਪੁਆਇੰਟ ਬੋਲਦੀ ਮੇਰਾ ਵੀਰ, ਹੁਣ ਬੇਨਤੀ ਹੈ ਘੋੜ ਦੌੜ। ਹਾਂਜੀ ਇਜਾਜ਼ਤ ਹੈ ਜੀ, ਪ੍ਰਤਾਪ ਸਿੰਘ ਚੀਲਾ ਅੰਤਰਰਾਸ਼ਟਰੀ ਸੁਰ ਸਿੰਘ ਪਿੰਡ ਦੇ ਮਹਾਂਪੁਰਸ਼ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਉਹਨਾਂ ਦੀ ਅਪਾਰ ਕਿਰਪਾ ਹੈ, ਮੀਰੀ ਪੀਰੀ ਦੇ ਮਾਲਕ ਉਹਨਾਂ ਦੀ ਕਿਰਪਾ ਹੈ, ਸੱਚਖੰਡ ਵਾਸੀ ਮਹਾਨ ਤਪਸਵੀ ਸੇਵਾ ਪੁੰਜ ਸ਼੍ਰੀਮਾਨ ਸੰਤ ਮਹਾਂਪੁਰਸ਼ ਲਓ। ਪਹਿਲੀ ਰੇਡ ਜਦੋਂ ਪਈ ਤੇ ਆਪਾਂ ਜ਼ੋਰ ਦੇ ਨਹੀਂ ਤਾੜੀਆਂ ਮਾਰਨੀਆਂ। ਆਹ ਮੁੰਡੇ ਦੇ ਬਾਰੇ ਸਿੰਘਪੁਰੀਆ ਰਾਣਾ ਲਿਖਦਾ ਕਿ ਲੰਬੀਆਂ ਲੰਬੀਆਂ ਲਾਂਘਾਂ ਭਰਦਾ, ਲਾਂਘਾਂ ਤੇ ਸਿੰਘਪੁਰੀਆ ਮਰਦਾ, ਜਿੰਨੀਆਂ ਵੀ ਇਹ ਪਾਉਂਦਾ ਰੇਡਾਂ ਪਾਉਂਦਾ ਬੜੇ ਕਮਾਲ ਦੀਆਂ, ਵਿੱਚ ਕਨੇਡਾ ਗੱਲਾਂ ਹੋਈਆਂ 16 ਦੇ ਗਰਲਾਲ ਦੀਆਂ ਗੱਲਾਂ ਕਹਿੰਦੇ ਕਨੇਡਾ ਦੇ ਚ ਹੋਈਆਂ, ਇੱਕ ਨਹੀਂ ਤੇ ਸਦਮਾ ਵਾਲਾ ਗੋਲਾ, ਦੋ ਨੰਬਰ ਦੇ ਬਲਕਾਰੇ ਬਣਦਾ ਚੇਲਾ ਕਹਿੰਦੇ ਅਲਗੋਂ ਵਾਲਾ ਜੱਗਾ, ਆਕਾਸ਼ ਸੁਰਸਿੰਘ ਨੇ ਟਰਾਈ ਕੀਤੀ ਹੈ, ਪੁਆਇੰਟ ਕਹਿੰਦੇ ਢਾਵੀ ਰੇਸੇ ਜੁੜ ਗਿਆ, ਉਹ ਕੌਣ ਆ ਗਿਆ, ਅੰਬਾ ਆ ਗਿਆ, ਅੰਬਾ ਆ ਗਿਆ, ਚਾਰ ਤਿਆਰ ਹੈ, ਆਸਟ੍ਰੇਲੀਆ ਦੀ ਧਰਤੀ ਤੇ ਖੇਡਿਆ ਤੇ ਮੁੰਡੇ ਨੇ ਕਹਿੰਦੇ ਬਹਿ ਜਾ ਕਰਾਈਏ। ਜਦੋਂ ਬਹਿਰੀਨ ਗਿਆ ਤੇ ਗੁਰਜੀਤ ਤੇ ਗੁਰਪੇਜ ਉਹਨਾਂ ਨੇ ਵੱਡਾ ਮਾਣ ਕੀਤਾ। ਲਓ ਰਵੀ ਸ਼ੇਰ ਦਾ ਸਪੁੱਤਰ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਸੁਰ ਸਿੰਘ ਹੈ, ਕਹਿੰਦੇ ਅੰਮ੍ਰਿਤਪਾਲ ਸਿੰਘ ਅੰਬਾ ਐਨ ਤਿਆਰ ਪਰ ਤਿਆਰ ਖੜਾ, ਸਾਹਮਣੇ ਚਾਰ ਸਟਾਰ ਖੜੇ ਹੈ, ਹਕਮ ਵਾਲੀ ਆ ਜੱਗੂ ਤਿਆਰ ਹੈ, ਲੱਦੂ ਵਾਲੇ ਪ੍ਰੀਤ ਦਾ ਬੀਜਾ ਕਹਿੰਦੇ ਕਨੇਡਾ ਦਾ ਹੁਣੇ ਲੱਗਾ ਹੈ, ਤੇ ਫਰੰਦੀਪੁਰੀਏ ਨੂੰ ਰੂਪੀ ਕੌਣ ਮਿਲਣੀ ਹੈ, ਤੇ ਰੇਡਰ ਨੂੰ ਕਹਿੰਦੇ ਔਰ ਰੇਂਜ ਰੋਵਰ ਮਿਲਣੀ ਹੈ, ਤੇ ਨਾਲ ਕਹਿੰਦੇ ਢੰਡਾਂ ਵਾਲਾ ਰਾਣਾ, ਪਰ ਪੁਆਇੰਟ ਇਸ ਸਮੇਂ ਕਹਿੰਦੇ ਧਾਵੀ ਦੇ ਸੇ ਜੁੜਦਾ ਹੈ। ਲਓ ਅਗਲੀ ਰੇਡ, ਟੋਗਰੀ ਵਾਲਾ ਪੰਡਤ ਆ ਗਿਆ, ਛੋਟਿਆ ਵੀਰਾ ਚੱਕ ਮੈਗੋ, ਲਓ ਸਾਹਮਣੇ ਇਸ ਵਿੱਚ ਪੰਡਿਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਇਹ ਮਾਝੇ ਦਾ ਮਜੈਲ ਜਿਹੜੇ ਗੁਰਦਾਸਪੁਰ ਦੀ ਧਰਤੀ ਦਾ ਇਸ ਵੇਲੇ ਕਬੱਡੀ ਘਰ ਦਾ ਅੱਗੇ ਨੂੰ ਵਧਿਆ ਹੋਇਆ, ਹਲਕਾ ਟੱਚ ਕੀਤਾ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਜੁੜ ਗਿਆ। ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ, ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ, ਉਹ ਦਵੁਰਜੀ ਵਾਲਾ ਆ ਗਿਆ, ਦਵੁਰਜੀ ਵਾਲਾ ਆ ਗਿਆ ਤੇ ਦਵੁਰਜੀ ਵਾਲਾ ਛਾ ਗਿਆ। ਹੁਣ ਦੇਖਾਂਗੇ ਸਟਾਪ ਲਾਈਨ ਵੀ ਚੋਟੀ ਦੀ ਹੈ, ਪਰੰਦੀਪੁਰੀਏ ਗੋਪੀ ਨੂੰ ਬੱਚਾ ਪਿਆਰ ਕਰਦਾ ਹੈ, ਲੱਡੂ ਵਾਲਾ ਪ੍ਰੀਤ ਕੈਨੇਡਾ ਖੇਡ ਆਇਆ ਤੇ ਥੋੜੇ ਦਿਨਾਂ ਤੱਕ ਫਿਰ ਕੈਨੇਡਾ ਪਹੁੰਚ ਜਾਣਾ ਹੈ। ਦਿਲਬਾਗ ਸਿੰਘ ਜੀ ਘਰਿਆਲਾ ਸਾਹਿਬ ਫੈਸਲਾ ਕਰ ਗਏ ਹੈ, ਨੰਬਰ ਜਿਹੜਾ ਇਸ ਵੇਲੇ ਰੇਡਰ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਹੈ, ਅੰਪਾਇਰ ਡਿਸੀਜਨ ਪੁਆਇੰਟ ਇਸ ਵੇਲੇ ਧਾਵੀ ਦੇ ਖਾਤੇ ਜੁੜਿਆ ਹੈ। ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਸਿੰਘ ਸਾਹਿਬ ਜਥੇਦਾਰ ਸ਼੍ਰੀਮਾਨ ਸੰਤ ਮਹਾਂਪੁਰਸ਼ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ, ਮੌਜੂਦਾ ਮੁਖੀ ਦਲ ਪੰਥ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀਆਂ ਦੇ 12ਵੇਂ ਜਾਣਸ਼ੀਨ
ਬਹੁਤ ਵੱਡੇ ਪਿਆਰ ਆਸ਼ੀਰਵਾਦ ਆਪਣੇ ਪੁੱਤਰ ਦੇ ਬੋਲਾਂ ਤੋਂ ਖੁਸ਼ ਹੋ ਕੇ ਪੁੱਜਦਾ ਕੀਤੇ ਹੈ। ਲਾ ਪੈਂਦੀ ਹੋਈ ਰੇੜ ਇਸੇ ਜੱਗੇ ਦੀ, ਉਹ ਜੱਗੇ ਦੀ ਟੱਕਰ ਜੱਗੇ ਦੇ ਨਾਲ, ਉਹ ਬੱਲੇ 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 ਸੁਰ ਸਿੰਘ ਦੀ ਧਰਤੀ ਹੈ, ਉਹ ਸੱਪ ਨਾਲ ਸੱਪ ਲੜੇ ਤੇ ਚਿਹਰ ਕਿਨੂੰ ਚੜੇ, ਸੱਪ ਲੜੇ ਤੇ ਯਾਰ ਕਿਨੂੰ ਜੜੇ। ਲਓ ਮਾਨ ਸਿੰਘ ਦੁਲਟ ਕਹਿੰਦੇ ਦੁਨੀਆ ਦਾ ਮਹਾਨ ਧਾਵੀ ਇਸ ਸਮੇਂ ਰੇੜ ਪਾ ਰਿਹਾ, ਹੱਕ ਵਾਲੀਆ ਜੱਗੂ ਤਿਆਰ ਹੈ, ਉਹ ਟੱਕਰ ਕਹਿੰਦੇ ਹੱਕ ਵਾਲੀਏ ਜੱਗੂ ਦੇ ਨਾਲ ਹੈ, ਪਰ ਮਾਨ ਸਿੰਘ ਦੁਲਟ ਨੂੰ ਰੋਕਣਾ ਬਾਹਲਾ ਔਖਾ ਹੈ। ਉਹ ਮਾਨ ਸਿੰਘ ਦੁਲਟ ਪਰ ਜੱਗੂ ਵਾਹ ਨੌਜਵਾਨਾਂ ਹਣੀ ਪਣ ਦੱਸਿਆ ਅਲਗੋ ਮਾਰਿਆ ਤੇਰੇ ਤਿੰਨ ਜਫੇ ਮਿੰਟੂ ਨੰਬਰਦਾਰ ਰਾਣੀ ਵਾਲਾ ਕਨੇਡਾ ਵਾਲਾ ਕਹਿੰਦਾ ਸ਼ੀਰਾ ਬਰਾੜ ਕਹਿੰਦਾ ਮੇਰੇ ਲੋਕ 500 ਦੇ ਕਰਦੇ, ਅਲਗੋ ਵਾਲਾ ਤੇਰੇ ਤਿੰਨ ਜਫੇ 500 ਦੇ ਹੈ, ਪਰ ਪੱਲੋ ਵਾਲੀਆ ਹਣੀ ਪਣਤੋ ਉਹ ਪਣਤਾਂ ਦਾ ਮੁੰਡਾ ਸਮੇਂ ਖੇਡ ਮੈਦਾਨ ਚ ਤਿਆਰ ਪਰ ਤਿਆਰ ਖੜਾ ਹੈ, ਸਦਮਾਂ ਵਾਲਾ ਗੋਲਾ ਪਰ ਪੁਆਇੰਟ ਧਾਵੀ ਰੇਸੇ ਜੁੜ ਗਿਆ ਛੋਟਾ ਵੀਰਾ ਮੀਰਾ ਕੋਟੀਆ। ਲਓ ਸ਼ਮਸ਼ੇਰ ਸਿੰਘ ਆਖੀਏ ਬੜੇ ਘੱਟ ਲੋਕ ਜਾਣਦੇ ਹੈ, ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਹਿਤਾਬ ਸਿੰਘੀਆਂ ਦਾ ਪਿੰਡ ਇਸ ਵੇਲੇ ਕਬੱਡੀ ਪਾਉਣ ਦੇ ਲਈ ਸ਼ੇਰਾ ਵਧਿਆ ਹੋਇਆ। ਮੀਰਾ ਕੋਟ ਪਿੰਡ ਹੈ ਕਿ ਸਿਰ ਵੱਢਣਾ ਮੱਸੇ ਦਾ ਭਾਈ ਸਿੰਘ ਜਾਨ ਸਲਾਮਾ ਕਰਦੇ, ਸਿਰ ਵੱਢਣਾ ਮੱਸੇ ਦਾ ਸਿੰਘ ਜਾਨ ਸਲਾਮਾ ਕਰਦੇ। ਲਓ ਮੀਰਾ ਕੋਟੀਆ ਕਹਿੰਦੇ ਸ਼ਮਸ਼ੇਰ ਤੇ ਗੱਭਰੂ ਉਹੀ ਕਹਿੰਦੇ ਹੱਕ ਵਾਲੀਆ ਜੱਗੂ ਟਰਾਈ ਕਰਦਾ, ਪਰ ਪੈਂਡਾ ਸਮੇਂ ਕਹਿੰਦੇ ਢਾਵੀ ਰੇਸੇ ਜੁੜਦਾ ਹੈ। ਅਗਲੀ ਰੇਡ ਉਹ 16 ਵਾਲਾ ਫੇਰ ਆ ਗਿਆ, 16 ਵਾਲਾ ਫੇਰ ਆ ਗਿਆ ਗੁਰਲਾਲ ਇਸ ਵੇਲੇ ਖੇਡਿਆ ਕੈਨੇਡਾ ਦੇ ਮੈਦਾਨਾਂ ਦੇ ਵਿੱਚ। ਆ ਮੁੰਡੇ ਨੇ ਕਹਿੰਦੇ ਆਸਟ੍ਰੇਲੀਆ ਦੇ ਮੈਲਬਰਨ ਦੇ ਵਿੱਚ ਵੀ ਧੁੰਮਾ ਪਾਈਆਂ। ਗੁਰਲਾਲ ਇਸ ਵੇਲੇ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵਧਿਆ ਹੋਇਆ, ਪੱਧਰੀ ਵਾਲਾ ਰਾਜਾ ਤਿਆਰ ਹੈ, ਨਾਲ ਕਹਿੰਦੇ ਮਾਝੇ ਦੇ ਵਿੱਚੋਂ ਮੁੰਡਾ ਛੋਟੀ ਉਮਰ ਦੇ ਵਿੱਚ ਚੈਂਪੀਅਨ ਬਣਿਆ ਆ ਮੁੰਡੇ।